ਮੇਰੀ ਗੱਲ ਤਾਂ ਸੁਣੋ। ਹਾਂ ਲੈ, ਭੁੱਖੇ ਢਿੱਡ ਕਿੱਧਰ ਨੂੰ ਤੁਰ ਪਏ? ਉਹ ਮੈਂ ਕਿੱਥੇ ਨਹੀਂ ਜਾਂਦਾ, ਗੱਡੀ ਆਈ ਆ, ਕਿੰਨੇ ਦਿਨਾਂ ਬਾਅਦ ਆਈ ਆ, ਉਹ ਮੈਂ ਚੈੱਕ ਕਰਦਾ, ਟਾਇਰ ਟੂਰ ਚੈੱਕ ਕਰਦਾ, ਸਾਰਾ ਸਮਾਨ ਚੈੱਕ ਕਰਦਾ ਵੀ ਹੈਗਾ ਕਿ ਹੈ ਨਹੀਂ, ਕੋਈ ਥਾਣੇ 'ਚ ਖੜੀ ਰਹੀ ਆ, ਵਿੱਚੋਂ ਕਈ ਵਾਰੀ ਸਮਾਨ ਕੱਢ ਲੈਂਦੇ ਆ, ਹੋਰ ਦਿੱਕਤ ਆ ਜਾਂਦੀ, ਕਈ ਵਾਰੀ ਗੱਡੀ ਉਹ ਨਵੀਂ ਗੱਡੀ ਕੱਢਦੀ ਤਾਂ ਹੈ ਨਹੀਂ, ਪਰ ਕਈ ਵਾਰੀ ਦਿੱਕਤ ਆ ਜਾਂਦੀ ਆ, ਮਸ਼ੀਨਰੀ ਤਾਂ ਚੱਲਦੀ ਦਾ ਨਾਮ ਗੱਡੀ ਆ, ਤੇ ਰੋਗੀ ਤੇ ਇਹ ਲੋਹ ਹੀ ਆ। ਹਾਂ ਉਹ ਤਾਂ ਸਾਰੀਆਂ ਗੱਲਾਂ ਠੀਕ ਆ, ਪਰ ਨਾ ਰੋਟੀ ਖਾ ਕੇ ਜਾਇਓ, ਭੁੱਖੇ ਢਿੱਡ ਨਹੀਂ ਜਾਣਾ। ਲੱਕਾ ਮਲੀਏ, ਉਹ ਰੋਟੀ ਮੈਂ ਖਾ ਕੇ ਜਾਊਂਗਾ, ਤੈਨੂੰ ਦੱਸੀ ਜਾਂਦਾ ਮੈਂ ਗੱਡੀ ਚੈੱਕ ਕਰਿਆ ਵਾ, ਹੁਣ ਆ ਜਾਂਦਾ ਮੈਂ ਵਾਪਸ। ਖਾਈ ਜਾਂਦੇ ਦੇਖੀ, ਹੁਣ ਮੈਨੂੰ ਭੁੱਖ ਲੱਗੀ ਪਈ ਆ, ਨਾਲੇ ਪਤਾ ਵੀ ਮੈਂ ਖਾਂਦੀ ਨਹੀਂ ਗੀ ਕੱਲੀ। ਉਹ ਤੇਰੀ ਗੱਲ ਠੀਕ ਆ, ਉਹ ਜਦੋਂ ਉੱਥੇ ਜਾਂਦਾ ਉਦੋਂ ਵੀ ਖਾਂਦੀ ਹੁੰਦੀ, ਚੱਲ ਕੋਈ ਗੱਲ ਨਹੀਂ, ਤੂੰ ਰੋਟੀਆਂ ਪਕਾ, ਮੈਂ 2 ਮਿੰਟਾਂ 'ਚ ਹੀ ਆਇਆ, ਆਉਣ ਤੇ ਜਾਣ ਕੀਤਾ, ਤੂੰ ਰੋਟੀਆਂ ਪਕਾ ਇਹਨੇ ਨੂੰ। ਮੈਂ 2 ਮਿੰਟ ਹੀ ਗਿਣਨੇ ਆ ਬਸ। ਉਹ 2 ਮਿੰਟਾਂ 'ਚ ਹੀ ਆਇਆ, ਬਾਹਰ ਟਾਈਮ ਲਾਉਂਦਾ ਹੀ ਨਹੀਂ ਮੈਂ, ਆ ਗਿਆ ਤੂੰ, ਚੱਲ ਰੋਟੀਆਂ ਪਕਾ ਇਹਨੇ ਨੂੰ, ਆ ਗਿਆ ਮੈਂ। ਲੈ ਅੱਗ ਲਾ ਹੀ ਦਿੱਤੀ ਆ, ਮੈਂ ਨਾਲੇ ਸ਼ਾਮ ਨੂੰ ਅੱਗ ਲਾਇਆ ਕਰ, ਚੱਲ ਕੋਈ ਗੱਲ ਨਹੀਂ, ਨਾਲੇ ਕਦੋਂ ਗੱਡੀ ਲੈ ਕੇ ਜਾਵਾਂਗੇ ਨਾ, ਅੱਜ ਅੱਗ ਲਾ ਕੇ ਨਿਗਾ ਕੇ ਲੈ ਕੇ ਜਾਵਾਂਗੇ, ਕਿਸੇ ਦੇ ਦੁਸ਼ਮਣ ਦੀ ਨਜ਼ਰ ਨਾ ਪਵੇ, ਮਾਸਾ ਕੰਮ ਚਲਾਇਆ ਸੀ ਰੱਬ ਨੇ ਤੇ ਰੋਕ ਤਾਂ, ਹੁਣ ਤਾਂ ਰੱਬਾ ਹੱਥ ਫੜੀ ਰੱਖੀ ਮੇਰਾ। ਇਹ ਰਾਡੋ ਰਾਣੀਏ ਮੇਰੀ, ਹੁਣ ਨਾ ਧੋਖਾ ਦੇ, ਨਾ ਤੂੰ ਧੋਖਾ ਦਿੱਤਾ ਨੀ ਪਰ ਦੁਸ਼ਮਣ ਨੇ ਧੋਖਾ ਦਿੱਤਾ। ਲੈ ਹੁਣ ਆਪਾਂ ਟਾਇਰ ਤੇ ਗੱਡੀ ਦੇ ਓਕੇ ਆ, ਜਮਾਂ ਨਵੀਂ ਗੱਡੀ ਆ, ਹਲੇ ਓਕੇ ਆ ਜਮਾਂ, ਇਹ ਵੀ ਟੋਕੇ ਆ ਓਕੇ, ਹਵਾ ਹੁਆ ਚੈੱਕ ਕਰ, ਆ ਪੱਚ ਜਾ ਵੱਜਾ ਹੋਇਆ ਆ, ਕੀ ਆਪਾਂ ਇਹ ਕਿਹਨੇ ਮਾਰਤੇ ਹੋਏ ਉਪਾਇਣ ਦੇ ਵੀਰੋਏ, ਉਹ ਮੇਰੇ ਨਾਲ ਸਟਿੱਪਣੀ ਲਾਤੀ ਹੋਏ, ਸਟਿੱਪਣੀ ਵਾਲਾ ਟਾਇਰ ਹੀ ਹੈ ਨੀ, ਬੜਾ ਧੱਕਾ ਕੀਤਾ ਯਾਰ, ਆਹ ਮੈਂ ਸੋਚਿਆ ਹੀ ਨਹੀਂ ਸੀ, ਚੱਲ ਕੋਈ ਗੱਲ ਨਹੀਂ, ਪਰਮਾਤਮਾ ਤਾਂ ਮੈਨੂੰ ਵੱਧ ਹੀ ਦਊਗਾ, ਜੇ ਕਿਹੜਾ ਮੇਰੇ ਨਾਲ ਧੋਖਾ ਕਰੂ ਨਾ ਤਾਂ ਹੋ ਉਹਦੇ ਨਾਲ ਧੋਖਾ, ਚੱਲ ਦੱਸਦਾ ਰੀਤ ਨੂੰ ਉੱਧਰ ਟਾਇਰ ਦੇ ਦਾ, ਲੈ ਬਈ ਤੇਲ ਤੂਲ ਵੀ ਓਕੇ, ਸਾਰਾ ਕੁਝ ਓਕੇ ਆ, ਲੈ ਰਾ ਮੇਰੀ ਰਾਣੀ ਹੈ ਮਿਹਰ ਕਰ ਦੇ, ਬਸ ਆਉਣਾ ਮੈਂ ਅੱਧੇ ਘੰਟੇ ਤੱਕ, ਫਿਰ ਆਪਾਂ ਚੱਲਦੇ ਹਾਂ ਗੇੜਾ ਲਾਉਣ। ਹਾਂ ਹੋਰ ਕਿਹਦਾ ਵੱਜੀ ਜਾਂਦਾ ਹੈ, ਇਹ ਕਿਵੇਂ ਲਾਈ ਜਾਂਦੀ ਆ, ਕੁਛ ਨੀ। ਹੈਲੋ ਨਿਹਾਲ, ਕਾਹਦੇ ਹਾਲ ਤਾਂ ਬੁਰੀ ਆ, ਤੈਨੂੰ ਵੀ ਤਾਂ ਪਤਾ ਹੀ ਆ ਹੋਣਾ। ਬਾਬਾ ਕਿੱਥੇ? ਅੱਛਾ ਨਰੂਆ ਨੇ ਸਾਰੇ ਹੱਲ ਕਰ ਦਿੰਦਾ, ਨੀ ਹੋਰ ਭੈਣੇ ਸਾਡਾ ਤਾਂ ਨਾ ਚੰਗਾ ਭਲਾ ਕੰਮ ਠੱਪ ਹੋ ਗਿਆ, ਅਸੀਂ ਤਾਂ ਮੰਗ ਕੇ ਖਾਣ ਵਾਲੇ ਹੋ ਗਏ ਆ, ਪਤਾ ਹੀ ਨਹੀਂ ਸਾਡੇ ਘਰ ਨੂੰ ਕਿਹਦੀ ਬੁਰੀ ਨਜ਼ਰ ਲੱਗ ਗਈ, ਪਤਾ ਤਾਂ ਮੈਨੂੰ ਹੈਗਾ ਸਾਡੇ ਤੇ ਕਿਹਨੇ ਕੀਤਾ ਕਰਾਇਆ ਗਾ, ਪਰ ਬਸ ਇੰਨਾ ਹੈਗਾ ਵੀ ਮੁੜਮੀ ਭਾਜੀ ਮੋੜ ਦੇ ਬਾਬਾ, ਜਿਵੇਂ ਅਸੀਂ ਦਰ ਦਰ ਹੁਣ ਭਟਕਦੇ ਫਿਰਦੇ ਨਾ, ਹਾਏ ਭਟਕਣ ਲੱਗ ਜੇ, ਬਹਿ ਗਿਆ ਬੇੜਾ ਉਹਦਾ ਮੈਨੂੰ ਪਤਾ, ਕਿੱਥੇ ਸੜਦੀ ਸੀ ਸਾਡੇ ਤੋਂ,
ਸਾੜਾ ਸੀਗਾ ਵੀ ਇਹ ਮੌਜਾਂ ਨਾ ਇੰਨੇ ਇੰਨੇ ਘਰ ਲਈ ਜਾਂਦੇ ਆ, ਸੋਹਣਾ ਖਾਂਦੇ ਪਾਉਂਦੇ ਆ, ਪ੍ਰੋਪਰਟੀ ਬਣਾਈ ਜਾਂਦੇ ਆ। ਸਾੜਾ ਸੀ ਭੈਣੇ, ਸਾੜਾ ਲੈ ਕੇ ਬਹਿ ਗਿਆ ਦੰਦਾ। ਹਾਂ ਕਿਵੇਂ ਵੀ ਅੱਜ ਜਾਣਾ? ਅੜੀਏ ਤੈਨੂੰ ਦੱਸੀ ਜਾਂਦੀ ਆ, ਪੈਸੇ ਹੈ ਨੀ ਅੱਜ ਤਾਂ। ਜਾਂ ਤਾਂ ਐਂ ਕਰ ਭੈਣ ਬਣ ਕੇ, ਧਾਰ ਸੁਧਾਰ ਦੀ ਕਿਹੜਾ ਮਹਾਮਾਰੀ ਹੁੰਦੀ ਹੈ ਕਹਿੰਦੇ, ਹਨਾ। ਅੱਜ ਤੂੰ ਦੇ ਦੇ, ਅਗਲੀ ਵਾਰ ਮੈਂ ਦੇ ਦੂੰ। ਕਿਉਂਕਿ ਇਹ ਆ, ਜੇ ਬਾਬੇ ਨੂੰ ਕੋਈ ਹੱਲ ਵੱਲ ਕਰਤਾ ਦਿਨ ਸਿੱਧੇ ਹੋ ਗਏ ਹਨਾ, ਤਾਂ ਪੈਸੇ ਦੀ ਕਮੀ ਨੀ ਕੋਈ। ਹਾਂ ਜਿਵੇਂ ਤੂੰ ਦੱਸਦੀ ਆ ਵੀ ਇੱਕ ਵਾਰੀ ਬਾਬੇ ਦੇ ਪੈਰ ਫੜ ਲਈ ਜਾ ਕੇ ਵੀ ਬਾਬਾ ਤਾਂ ਪਾਰ ਉਤਾਰੇ ਕਰ ਦੂ, ਹੁਣ ਤੇਰੀਆਂ ਗੱਲਾਂ ਤੇ ਕਿਹੜਾ ਮੈਨੂੰ ਯਕੀਨ ਨੀ ਹੈਗਾ। ਚੱਲ ਠੀਕ ਹੈ ਫਿਰ ਚੱਲਾਂਗੇ। ਚੰਗਾ ਭੈਣ, ਚੰਗਾ ਚੰਗਾ, ਨਵੇੜ ਦਾ ਮੈਂ ਕੰਮ ਕਰ ਦੇ। ਓਕੇ ਲੈ, ਬਾਬੇ ਨੂੰ ਮੈਂ ਤਾਂ ਇਹ ਕਹੂੰ ਵੀ ਬਾਬਾ ਗੁੱਡੀ ਸਿਖਰਾਂ ਤੇ ਚੜਾ ਦੇ, ਜਦੋਂ ਵੀ ਸਾਡਾ ਪੂਰਾ ਕੰਮ ਚੱਲ ਪਿਆ ਨਾ ਤੈਨੂੰ ਮੈਂ ਪੂਰਾ 51,000 ਦੇ ਕੇ ਜਾਊਂਗੀ। ਹਾਂ ਜਿਵੇਂ ਇਹਨੇ ਸਾਡਾ ਬੇੜਾ ਬਹਾਤਾ ਨਾ, ਮੁੜ ਕੇ ਇਹਦੇ ਘਰੇ ਨਾ ਭੰਗ ਪੁੱਜਣ ਲਈ, ਤੇ ਮੇਰਾ ਨਾਂ ਵੀ ਕਮਾਉ ਨੀ ਹੈਗਾ। ਜਿਵੇਂ ਉਹ ਦੱਸਦੀ ਆ ਵੀ ਬਾਬਾ ਤਾਂ ਕਰਨ ਹੀ ਵਾਲਾ ਗਾ, ਦੂਰੋਂ ਦੂਰੋਂ ਸੰਗਤ ਆਉਂਦੀਆਂ ਨੇ, ਮੇਰਾ ਕੰਮ ਕਿਉਂ ਨੀ ਕਰੂਗਾ। ਆ ਕਿਵੇਂ ਫੋਨ ਆ ਜਾਂਦਾ? ਹੈਲੋ, ਹਾਂਜੀ ਜਨਾਬ ਜੀ, ਕਿਵੇਂ ਠੀਕ ਹੋ? ਵਧਾਈਆਂ, ਹਾਂ ਵਧਾਈਆਂ ਵੀ ਤੁਹਾਨੂੰ ਵੀ। ਹਾਂ ਲਿਆਂਦੀ ਜੀ, ਕੱਲ ਹੀ ਲਿਆਂਦੀ ਗੱਡੀ ਦੇ। ਹਾਂ ਹਾਂ ਤੂੰ ਦੱਸ ਕੀ ਹੋ ਗਿਆ? ਕਿਹਦਾ? ਸਨੀ ਦਾ? ਗੱਡੀ ਦਾ? ਕਿਵੇਂ ਆ? ਡਰਾਈਵਰ ਦਾਰੂ ਦੂਰੂ ਪੀਤੀ, ਫਿਰ ਮਾੜਾ ਕੰਮ ਹੀ ਹੋਇਆ ਯਾਰ, ਬੰਦਾ ਮਰ ਗਿਆ ਓਏ। ਚੱਲ ਕੋਈ ਗੱਲ ਨੀ, ਜੇ ਮਾੜਾ ਕੰਮ ਹੀ ਹੋਇਆ ਹੁਣ ਤੇ ਯਾਰ। ਹਾਂ ਹਾਂ ਚਲੋ ਜਾ ਕੇ ਆਊਂਗਾ ਯਾਰ, ਪਤਾ ਲੈ ਕੇ, ਕਿਉਂ ਡਰਾਈਵਰ ਭਾਈ ਯਾਰ ਆਪਾਂ ਦਾ। ਹਾਂ ਹਾਂ ਨਾ ਜਾ ਆਉਂਦਾ ਮਿੰਟ ਯਾਰ, ਕੋਈ ਗਮਾਨ ਮੱਥੇ ਵੀ ਆ। ਹਾਂ ਗਮਾਨ ਵੀ ਆ, ਚੱਲ ਜਾ ਕੇ ਆਊਂਗਾ, ਕੋਈ ਗੱਲ ਨੀ, ਮੈਨੂੰ ਤਾਂ ਹੁਣ ਪਤਾ ਤੇਰੇ ਲੱਗਿਆ। ਚੱਲ ਕੋਈ ਗੱਲ ਨੀ, ਚੰਗਾ ਭਾਈ, ਰੋਟੀ ਖਾ ਕੇ ਯਾਰ ਗੇੜਾ ਲਾਉਣ ਜਾਣਾ ਸੀ, ਫੋਨ ਆਈ ਜਾਂਦਾ ਸੀ। ਚੰਗਾ ਚੰਗਾ, ਸ਼ਾਮ ਜੇ ਮੈਂ ਘਰਦਿਆਂ ਨੂੰ ਭੇਜੂਗਾ, ਚੱਲ ਘਰਦਿਆਂ ਨੂੰ ਭੇਜ ਦੂੰ ਇੱਕ ਵਾਰੀ। ਚੰਗਾ ਚੰਗਾ। ਅਰੀਤ, ਹਾਂਜੀ ਆ ਗਏ ਤੁਸੀਂ? ਉਹ ਆ ਤਾਂ ਗਿਆ। ਬਣ ਗਈ ਰੋਟੀ? ਰੋਟੀ ਬਣ ਗਈ, ਤੁਸੀਂ ਸੱਚੀ 2 ਮਿੰਟ ਹੀ ਲਾਏ ਆ? ਉਹ ਜਦੋਂ ਸਰਕਾਰ ਦਾ ਹੁਕਮ ਆ ਜੇ, ਮੰਤਰੀ ਦੀ ਕੀ ਮਜਾਲ ਆ ਵੀ ਉਹ 2 ਮਿੰਟ ਤੋਂ 1 ਮਿੰਟ ਵੀ ਸਕਿੰਟ ਜਾਂ ਵੱਧ ਲਾ ਦੇ। ਆਹ ਚ ਗੱਲ ਹੋਰ ਆ, ਉਰੇ ਤੇ ਨਾ ਗੱਲ ਕਰਦਾ ਨਾ, ਉਰੇ ਆ ਕੰਮ ਬੜਾ ਮਾੜਾ ਹੋਇਆ, ਤੂੰ ਆ ਸੀ ਉਰੇ। ਹੋਇਆ ਕੀ ਆ? ਉਰੇ ਦੱਸਦਾ ਮੈਨੂੰ ਗੱਲ ਕੀ ਆ? ਉਹ ਗੱਲ ਦੱਸਦਾ। ਹਾਂ ਵੀ ਇੱਥੇ ਰੱਖੀ ਪਈ ਉਹ ਗੱਲ ਸੁਣੇ, ਮੈਂ ਰੱਖ ਗਿਆ ਜੀ ਬੈਗ ਚ ਪਾਰੀ, ਕਿ ਹੁਣ ਮੀਂਹ ਦਾ ਮੌਸਮ ਹੈ, ਕਿਉਂ ਭੱਜ ਦਾ ਮਹੀਨਾ ਚੱਲੀ ਜਾਂਦਾ, ਸੌਣ ਚੱਲੀ ਜਾਂਦਾ, ਹੱਚ ਸੌਣ ਚੱਲੀ ਜਾਂਦਾ, ਮੀਂਹ ਦਾ ਪਤਾ ਹੀ ਨਹੀਂ ਕਦੋਂ ਆਉਣ ਲੱਗ ਜੇ, ਔਖਾ ਹੋ ਜਾਂਦਾ। ਤੇ ਨਾਲੇ ਇੱਕ ਕੰਮ ਤਾਂ ਇਹ ਹੋ ਗਿਆ ਯਾਰ, ਆਪਾਂ ਵੀ ਸਟਿੱਪ ਨਹੀਂ ਕੋਈ ਚੋਰੀ ਕਰਕੇ ਲੈ ਗਿਆ ਯਾਰ। ਸੱਚੀ ਚੋਰੀ ਹੋ ਗਈ? ਚਲ ਆਪਾਂ ਮੰਨ ਲੈਨੇ ਆ, ਜੇ ਘਰੇ ਹੁੰਦੀ ਗੱਡੀ ਤਾਂ ਕੋਈ ਚੋਰੀ ਕਰ ਲੈਂਦਾ, ਥਾਣੇ 'ਚ ਭਲਾ ਕਿਵੇਂ ਚੋਰੀ ਹੋ ਗਈ? ਦੇਖੀ ਸੱਚੀ ਸੱਚੀ ਦੱਸ ਦੋ, ਮੇਰਾ ਨਾ ਦਿਲ ਘਟੇ ਜਾਂਦਾ, ਝੂਠ ਬੋਲਦੇ ਨਾ ਤੁਸੀਂ। ਪ੍ਰੀਤ ਤੈਨੂੰ ਪਤਾ ਹੈਗਾ ਮੈਂ ਕੋਈ ਤੇਰੇ ਅੱਗੇ ਝੂਠ ਨਹੀਂ ਮਾਰ ਦਿੰਦਾ, ਤੈਨੂੰ ਪਤਾ ਨਾਲੇ। ਤੇ ਨਾਲੇ ਗੱਲ ਇੱਕ ਹੋਰ, ਸਟਿੱਪਣੀ ਚੱਲ ਚੋਰੀ ਹੋ ਗਈ, ਚੱਲ ਕੋਈ ਨਾ, ਰੱਬ ਆਪਾਂ ਨੂੰ ਪਰਮਾਤਮਾ ਹੋਰ ਦੇ ਦੂਗਾ, ਉਹ ਗੇੜਾ ਆਪਾਂ ਨੂੰ ਵਧੀਆ ਮਿਲੂਗਾ। ਪਰਸੋਂ ਇੱਕ ਗੇੜਾ ਲਾ ਕੇ ਨਾ ਪੂਰਾ ਵਧੀਆ 40-50 ਹਜ਼ਾਰ ਰੁਪਏ ਵੱਜੂ,
ਚੱਲ ਪਰਮਾਤਮਾ ਜੋ ਕਰਦਾ ਨਾ ਚੰਗੇ ਲਈ ਕਰਦਾ, ਮਾੜੀ ਨਰਮ ਵੀ ਸੀ ਸਟਿੱਪਣੀ, ਚੱਲ ਕੋਈ ਗੱਲ ਨੀ ਜਿਹੜਾ ਲੈਗਾ ਭਲੇ ਹੀ ਕਰੇ। ਇੱਕ ਗੱਲ ਹੋਰ ਆ ਸਣੀ ਨੀ, ਆਪਣਾ ਗਵਾਂਢੀ ਉਹਦੀ ਗੱਡੀ ਦਾ ਐਕਸੀਡੈਂਟ ਹੋ ਗਿਆ, ਹੋਰ ਬੰਦਾ ਮਰ ਗਿਆ। ਬਾਲਾ ਕੰਮ ਮਾੜਾ ਹੋਇਆ, ਹੋਰ ਮੈਂ ਤਾਂ ਪਤਾ ਲੈ ਕੇ ਆਉਣਾ ਸੀ। ਬੰਦਾ ਮਰ ਗਿਆ ਨਾ ਤਾਂ, ਹੋਰ ਬੰਦਾ ਮਰ ਗਿਆ, ਬਾਲਾ ਕਸੂਤਾ ਫਸੇ ਪਏ ਹੋਣੇ। ਹੋਰ ਹੁਣ ਘੱਟੋ ਘੱਟ ਐ ਨੀ ਪਤਾ ਕਿੰਨੇ ਲੱਖ ਮੰਗ ਲੈਣਾ ਉਹ। ਇੱਕ ਗਲਤੀ ਡਰਾਈਵਰ ਦੀ ਆ, ਪੰਗਾ ਤੇ ਆ ਦਾਰੂ ਪੀਂਦਾ ਸੀ, ਮੈਡੀਕਲ ਆ ਗਿਆ ਪੰਗਾ ਤੇ ਆ। ਓ ਤੇਰਾ ਭਲਾ ਹੋ ਜੇ, ਹੁਣ ਫਿਰ ਹੁਣ ਕੀ ਹੈ, ਹੁਣ ਤਾਂ ਇਹ ਆ ਗੱਲ ਹੈ ਰੱਬ ਹੀ ਆਸਰਾ। ਪਰ ਇੱਕ ਇਹ ਵਾਰੀ ਆਪਣਾ ਗਮਾਣ ਮੱਥੇ ਡਰਾਈਵਰ ਭਾਈ ਵੀ ਹੈਗਾ ਆਪਾਂ ਦਾ, ਠੀਕ ਹੈ ਤੂੰ ਐਂ ਕਰੀ ਮੈਂ ਤੇ ਆਊਂਗਾ ਸ਼ਾਮ ਨੂੰ ਜਾਂ ਕੱਲ ਨੂੰ ਮੁੜੂੰਗਾ, ਤੂੰ ਇੱਕ ਵਾਰੀ ਜਾ ਕੇ ਨਾ ਕੰਮੋਂ ਦਾ ਪਤਾ ਲੈ ਆਈ। ਸੱਟ ਸੁੱਟ ਤਾਂ ਨਹੀਂ ਵੱਜੀ ਉਹਨਾਂ ਦੇ? ਨਹੀਂ ਉਹ ਤੇ ਘਰੇ ਸੀ, ਡਰਾਈਵਰ ਸੀ ਯਾਰ। ਅੱਛਾ ਡਰਾਈਵਰ ਸੀਗਾ, ਠੀਕ ਹੈ। ਪਰ ਉਹ ਪਤਾ ਲਿਆ ਕਿਉਂ ਗੱਡੀ, ਹੁਣ ਗੱਡੀ ਵੀ ਤੈਨੂੰ ਪਤਾ ਸਾਰੀ ਭੰਨੀ ਗਈ ਉਹਨਾਂ ਦੀ। ਤੁਸੀਂ ਜਾ ਆਉਂਦੇ ਇੱਕ ਵਾਰੀ? ਉਹ ਮੈਂ ਵੀ ਜਾਊਂਗਾ, ਮੈਂ ਕੱਲ ਨੂੰ ਜਾਊਂਗਾ ਇੱਕ ਵਾਰੀ, ਇੱਕ ਵਾਰੀ ਜਾ ਤੂੰ ਜਾ ਕੇ ਪਤਾ ਲੈ ਕੇ ਆਈ ਚੰਗਾ। ਤੇ ਐਂ ਕਰ ਹੁਣ ਰੋਟੀ ਲਿਆ, ਰੋਟੀ ਖਾਈਏ ਤੇ ਨਾਲੇ ਆ ਬੈਗ ਚ ਪਾ ਦੇ, ਨਾਲੇ ਆ ਮੈਨੂੰ ਆ ਪੈਂਟ ਸ਼ਰਟ ਪਵਾ ਦੀ ਨਾ, ਮੈਨੂੰ ਯਾਰ ਗਰਮੀ ਆ। ਸੋਹਣੀ ਲੱਗਦੀ ਆ ਉਹ, ਸੋਹਣੀ ਮੈਨੂੰ ਨਹੀਂ ਲੱਗਦੀ, ਮੈਨੂੰ ਤਾਂ ਕੁੜਤਾ ਪਜਾਮਾ ਵਧੀਆ ਲੱਗਦਾ, ਮੇਰਾ ਕੁੜਤੇ ਪਜਾਮੇ ਪਾਈ ਤੂੰ ਪੈਂਟ ਸ਼ਰਟ ਨਾ ਪਾਈ ਯਾਰ। ਪੱਕਾ ਨਹੀਂ ਪਾਉਣੀ? ਚੱਲ ਅੱਜ ਦਾ ਦਿਨ ਪਾ ਲੈਣਾ ਮੈਂ। ਨਹੀਂ ਮੈਂ ਦੇ ਦੇਣੀ ਇਹ ਕਿਸੇ ਨੂੰ। ਉਹ ਕਰਦੀ ਦਾਨ ਕਰਦੀ ਯਾਰ ਕਿਸੇ ਨੂੰ। ਦਾਨ ਕਰਦੀ ਹੁਣ ਬਸ ਗੱਡੀ ਮਿਲ ਗਈ ਜੇ, ਐ ਥੋੜੀ ਵੀ ਪੈਸੇ ਬਰਬਾਦ ਕਰਨੇ ਆ, ਤੈਨੂੰ ਪਤਾ ਨਾ ਆਪਾਂ ਕਿੰਨੀ ਉਹ ਕੱਟੀ ਆ। ਉਹ ਤਾਂ ਮੈਨੂੰ ਪਤਾ ਉਹ ਗਰਮੀ ਵਾਲੀ ਆਉਂਦੀ, ਤੈਨੂੰ ਪਹਿਲਾਂ ਹੀ ਗਏ ਮੈਂ ਪੈਂਟ ਸ਼ਰਟ ਜਦ ਮੇਰੇ ਲੋਟ ਨਹੀਂ। ਅੱਜ ਪਾ ਲਓ, ਹੁਣ ਦੇਖੀ ਅੱਧਾ ਦਿਨ ਲੰਘ ਗਿਆ ਅੱਧਾ ਰਹਿ ਗਿਆ। ਠੀਕ ਹੈ ਠੀਕ ਹੈ ਤੂੰ ਅੱਜ ਦਾ ਹਾਂ ਬੈਗ ਚ ਪਾ ਦੇ, ਰੋਟੀ ਲਿਆ ਮੈਂ। ਹਾਂ ਰੋਟੀ ਲੈ, ਰੋਟੀ ਖਾਈ ਆਪਾਂ। ਆ ਪਿੱਛੇ ਕਰ ਲੈ ਸੁੱਟ। ਓਏ ਤੂੰ ਹੀ ਲੈ ਗਈ ਨਾਲ ਗੱਡੀ। ਚਲ ਆ ਵੀ ਲੋਟ ਆਇਆ ਕੰਮ, ਜਾ ਕੇ ਪਤਾ ਲਿਆਉਗੀ ਉਹ ਗਮਾੜ ਮੱਥੇ ਆ ਬਈ। ਤੇ ਰੋਟੀ ਦੀ ਭੁੱਖ ਲੱਗੀ ਪਈ ਆ, ਉਹ ਐ ਕਰੀ ਰੋਟੀ ਪੈਕ ਵੀ ਕਰਦੀ। ਚੰਗਾ ਹੋਰ ਉੱਥੇ ਢਾਬਿਆਂ ਦੇ ਖੜਾਂਗੇ, 500-400 ਰੁਪਏ ਲੱਗ ਜੂਗਾ, ਐ ਉਹੀ 4 ਰੁਪਏ ਬਚਤ ਕਰ ਲਈ, ਕਿਸ਼ਤ ਭਰ ਦਾਂਗੇ ਆਪਾਂ। ਆਏ ਤੇ ਚੰਗਾ ਰੀਤ, ਮੈਂ ਹੁਣ ਜਾਣਾ। ਚੰਗਾ ਮੈਨੂੰ ਫੋਨ ਕਰ ਲਿਆ ਕਰਿਓ। ਉਹ ਫੋਨ ਕਰੂੰਗਾ ਜਾ ਕੇ ਸ਼ਾਮ ਨੂੰ ਕਰੂੰਗਾ ਫੋਨ, ਜੇ ਗੇੜਾ ਗੱਡੀ ਪਹਿਲੇ ਖਾਲੀ ਹੋ ਗਈ ਫਿਰ ਸ਼ਾਮ ਨੂੰ ਵਾਪਸ ਆ ਜਾਊਂਗਾ, ਮੈਨੂੰ 11-12 ਵੱਜ ਜਾਣਗੇ ਤੈਨੂੰ ਫੋਨ ਕਰ ਦੂੰਗਾ, ਜੇ ਨਾ ਆਇਆ ਫਿਰ ਸੁਬਾਹ ਆ ਜਾਊਂਗਾ, ਠੀਕ ਹੈ ਤੇ ਨਾਲੇ ਪਤਾ ਲੈ ਕੇ ਆਈ ਚੰਗਾ ਲਾ ਜੂ। ਪਤਾ ਤਾਂ ਮੈਂ ਲੈ ਆਉਂਗੀ, ਫੋਨ ਕਰ ਲਿਆ ਤੁਸੀਂ ਜਾ ਕੇ ਨਾ ਭੁੱਲ ਜਾਂਦੇ ਹੁੰਦੇ ਹੋ। ਉਹ ਨਹੀਂ ਭੁੱਲਦਾ, ਉਹ ਕਈ ਵਾਰੀ ਕੰਮ ਚ ਹੋਇਆ ਨਾ ਬੰਦਾ ਫੇਰ ਭੁੱਲ ਜਾਂਦਾ, ਨਹੀਂ ਮੈਂ ਤਾਂ ਭੁੱਲਦਾ ਨਹੀਂ, ਤੈਨੂੰ ਕਿਵੇਂ ਭੁੱਲੂ ਕੰਮਲੀਏ। ਚੰਗਾ ਮੈਂ ਜਾਣਾ। ਚੰਗਾ ਧਿਆਨ ਨਾਲ ਜਾਈਂ। ਚੰਗਾ ਚੰਗਾ। ਆ ਕੇ 2 ਘੰਟੇ ਸੋ ਜੂੰਗੀ, ਕੰਮੋ ਕੇ ਜਾ ਹੀ ਆਉਂਦੀ ਆ, ਇੱਕ ਤਾਂ ਇੱਧਰ ਕੁੱਤੇ ਬਿੱਲੇ ਬਾਹਲੇ ਵੜਦੇ ਨੇ, ਬਾਹਰਲਾ ਗੇਟ ਵੀ ਲਾ ਹੀ ਜਾਊਂਗੀ। ਚੱਲ ਹੁਣ ਆ ਜਾਓ 10 ਮਿੰਟਾਂ ਨੂੰ। ਕੰਮਾ ਕੌਣ ਲੰਘਿਆ? ਹੋਰ ਕਿਵੇਂ ਕੰਮੋ? ਰੀਤ ਕਿਵੇਂ ਆ? ਠੀਕ ਆ ਬਸ, ਤੂੰ ਦੱਸ ਕਿਵੇਂ ਆ? ਠੀਕ ਆ ਵਧੀਆ। ਨਾ ਹੁਣ ਮੈਂ ਕੌਣ ਹੋ ਗਈ ਹੈ ਦੇਖ ਲੈ, ਪਛਾਣਨ ਹੀ ਹਟ ਗਈ। ਨਹੀਂ ਨਹੀਂ ਆਵਾਜ਼ ਤਾਂ ਕਾਹਤੋਂ ਨਹੀਂ ਪਛਾਣਦੀ, ਮੈਂ ਨਾ ਬਸ ਉਲਝੀ ਹੋਈ ਸੀਗੀ ਤਾਂ ਕਰਕੇ ਮੈਂ ਧਿਆਨ ਨਹੀਂ ਦਿੱਤਾ ਤੇਰੇ ਵੱਲ। ਸੱਚ ਤੈਨੂੰ ਵਧਾਈਆਂ, ਤੁਹਾਡੀ ਗੱਡੀ ਆ ਗਈ। ਹਾਂ ਉਹ ਤਾਂ ਚੱਲ ਤੈਨੂੰ ਸਵਾ ਵਧਾਈਆਂ,
ਪਰ ਤੁਹਾਡੇ ਵੱਲ ਬਾਲਾ ਮਾੜਾ ਹੋਇਆ ਨਾ, ਐ ਕਿਵੇਂ ਐਕਸੀਡੈਂਟ ਹੋ ਗਿਆ? ਨੀ ਬੇੜਾ ਬਹਿ ਗਿਆ ਕਿਸੇ ਦਾ, ਕੀ ਕਰਦੇ ਕਰਾਉਂਦੇ ਆ, ਸਿਆਣੇ ਸੱਪਿਆਂ ਕੋਲ ਜਾਂਦੇ ਨੇ ਲੋਕ। ਜੇ ਮੈਨੂੰ ਇੱਕ ਵਾਰ ਮਿਲ ਜੇ ਨਾ ਉਹ ਕੋਈ, ਮੈਂ ਤਾਂ ਗੁਤਨੀ ਤੋਂ ਫੜ ਕੇ ਬੰਦਾ ਚਾਹੇ ਬੁੜੀ ਗੋਡਿਆਂ ਥੱਲੇ ਲੈ ਲਾਂ। ਕੰਮੋ, ਇਹ ਬਾਬਿਆਂ ਬੂਬਿਆਂ ਕੋਲ ਨਾ ਕੁਛ ਨੀ ਹੁੰਦਾ ਹੈਗਾ, ਤੇ ਗਲਤੀ ਤਾਂ ਨਾਲੇ ਆਪ ਦੀ ਹੁੰਦੀ ਆ। ਮੈਂ ਸੁਣਿਆ ਵੀ ਤੁਹਾਡੇ ਡਰਾਈਵਰ ਨੇ ਦਾਰੂ ਦੂਰੂ ਪੀਤੀ ਹੋਈ ਸੀ। ਨੀ ਪੈਗ ਪੁੱਗ ਦੀ ਤਾਂ ਗੱਲ ਛੱਡ, ਉਹ ਤਾਂ ਸਾਰੇ ਪੀਂਦੇ ਹੈਗੇ, ਅੱਗੇ ਕਿਹੜਾ ਉਹ ਪੀਂਦਾ ਨੀ ਸੀ ਵੀ ਅੱਜ ਨਵੀਂ ਪੀਤੀ ਸੀ ਉਹਨੇ। ਇਹ ਤਾਂ ਲੋਕਾਂ ਦਾ ਬੇੜਾ ਬਹਿੰਦਾ ਗਾ, ਮਾੜੀ ਜਿਹੀ ਗੱਲ ਹੁੰਦੀ ਆ ਐਡੀ ਵੱਡੀ ਬਣਾ ਕੇ ਛੱਡਦੇ ਆ। ਮੈਨੂੰ ਤਾਂ ਸਾਰਾ ਪਤਾ ਗਾ, ਲੋਕ ਸਾਡੇ ਤੇ ਲੱਗਦੇ ਸੀ, ਮੱਚਦੇ ਸੀਗੇ, ਇਹ ਤਰੱਕੀ ਕਰੀ ਜਾਂਦੇ ਆ। ਸਿਆਣਾ ਸੱਪਿਆਂ ਕੋਲ ਜਾ ਕੇ ਨਾ ਸਾਡਾ ਸਾਰੇ ਕੰਮ ਦਾ ਮੂੰਹ ਪੁੱਠਾ ਕਰਤਾ ਇਹਨਾਂ ਨੇ, ਲੋਕਾਂ ਨੇ ਦੰਦਾ ਲੈ ਕੇ ਬਹਿ ਗਿਆ। ਹਾਂ ਭੈਣੇ, ਆਹ ਗੱਲ ਤਾਂ ਮੰਨਣ ਵਾਲੀ ਏ ਤੇਰੀ, ਵੀ ਸਿਆਣਿਆਂ ਦਾ ਤਾਂ ਮੈਨੂੰ ਪਤਾ ਨੀ, ਨਾ ਹੀ ਅਸੀਂ ਕਦੇ ਸਰਾਹ ਪਾਏ, ਤੇ ਦੰਦਾ ਜ਼ਰੂਰ ਲੋਕਾਂ ਦਾ ਲੈ ਕੇ ਬਹਿ ਜਾਂਦਾ। ਦੇਖ ਲੈ, ਸਾਨੂੰ ਦੰਦਾ ਹੀ ਲੈ ਕੇ ਬਹਿ ਗਿਆ ਸੀ ਲੋਕਾਂ ਦਾ। ਅਸੀਂ ਤਾਂ ਆਪ ਗੱਡੀ ਕਿਹੜੇ ਹਾਲਾਂ ਨਾਲ ਛਡਵਾਈ ਆ, ਨਾਲੇ ਸਾਡੀ ਗਲਤੀ ਕੋਈ ਨੀ ਸੀਗੀ, ਗੁਰੂ ਘਰ ਅਰਦਾਸ ਕਰਵਾਈ ਫੇਰ ਗੱਡੀ ਦਾ ਮੂੰਹ ਦੇਖਿਆ ਸੀ। ਹਾਂ ਇਹ ਤਾਂ ਗੱਲ ਠੀਕ ਆ, ਟਾਈਮ ਹੀ ਨੀ ਲੱਗਿਆ ਗਾ। ਜਦੋਂ ਟਾਈਮ ਜਿਹਾ ਲੱਗਿਆ ਨਾ ਮੈਂ ਵੀ ਜਾਊਂਗੀ ਗੁਰੂ ਘਰ, ਅਰਦਾਸ ਤਾਂ ਮੈਂ ਵੀ ਕਰਾ ਕੇ ਆਊਂਗੀ, ਨਾਲੇ ਸੁੱਖ ਕੇ ਆਊਂਗੀ ਵੀ ਬਾਬਾ ਦੇਖ ਦੂ ਕਰਾਉਂਗੀ ਮੈਂ, ਵੀ ਸਾਨੂੰ ਸਾਡੇ ਤੋਂ ਮੂੰਹ ਮੋੜ ਲਿਆ ਹਨਾ, ਵੀ ਸਾਡੇ ਵੱਲ ਵੀ ਮੂੰਹ ਸਿੱਧਾ ਕਰ, ਸਾਡੇ ਤੋਂ ਤਾਂ ਹੀ ਲੱਗਦਾ ਰੱਬ ਨੇ ਮੂੰਹ ਹੀ ਪਾਸੇ ਕਰ ਲਿਆ। ਲੈ ਰੱਬ ਨੇ ਭਲਾ ਕਿਉਂ ਮੂੰਹ ਮੋੜ ਲਿਆ? ਰੱਬ ਦੀ ਤਾਂ ਚਾਰੇ ਪਾਸੇ ਨਿਗਾਹ ਰਹਿੰਦੀ ਆ, ਜੇ ਆਪਾਂ ਚੰਗਾ ਕਰ ਲਾਂਗੇ ਤਾਂ ਆਪਣੇ ਨਾਲ ਚੰਗਾ ਹੋਊਗਾ, ਜੇ ਆਪਾਂ ਕਿਸੇ ਦਾ ਮਾੜਾ ਕਰਾਂਗੇ ਤਾਂ ਮਾੜਾ ਵੀ ਹੋਣਾ ਹੀ ਹੋਣਾ ਹੈ। ਨੀ ਭੈਣੇ, ਇਹ ਤਾਂ ਕਹਿਣ ਦੀਆਂ ਗੱਲਾਂ, ਅੱਗੇ ਜੇ ਚੰਗਾ ਕਰਾਂਗੇ ਠੀਕ ਆ ਤੇ ਚੰਗਾ ਹੋਊਗਾ, ਮਾੜਾ ਕਰਾਂਗੇ ਮਾੜਾ ਹੋਊਗਾ, ਨਾ ਅਸੀਂ ਕਿਹਦਾ ਮਾੜਾ ਕਰਤਾ? ਮੇਰੀ ਗੱਲ ਸੁਣ, ਵਧੀਆ ਆਪਦੇ ਘਰੇ ਆਪਦੀ ਖਾਂਦੇ ਸੀ, ਆਪਦੀ ਪੀਂਦੇ ਸੀ, ਆਪਦੀ ਨੀਂਦ ਉੱਠਦੇ ਸੀ, ਆਪਦੀ ਸੌਂਦੇ ਸੀ, ਪਤਾ ਹੀ ਨੀ ਲੋਕਾਂ ਤੋਂ ਜਰਿਆ ਨੀ ਗਿਆ। ਇੱਕ ਤਾਂ ਨਾ ਸਨੀ ਸਾਰਿਆਂ ਨੂੰ ਦੱਸ ਦਿੰਦਾ ਸੀ ਵੀ ਅਸੀਂ ਪਲਾਟ ਲੈ ਲਿਆ, ਅਸੀਂ ਆਹ ਕਰ ਲਿਆ, ਹੁਣ ਅਸੀਂ ਆਹ ਕਰ ਲੈਣਾ ਗਾ। ਮੈਂ ਤੈਨੂੰ ਦੱਸਾਂ ਸਿੱਧੀ ਜੀ ਗੱਲ, ਸਾਡਾ ਤੇ ਨਾ ਕੋਈ ਨੀ ਰਾਜੀ ਹੈਗਾ ਗਾ, ਜਦੋਂ ਦੇ ਅਸੀਂ ਸੌਖੀ ਰੋਟੀ ਖਾਣ ਲੱਗੇ ਆ ਲੋਕਾਂ ਦਾ ਬੇੜਾ ਹੀ ਬਹਿੰਦਾ ਜਾਂਦਾ ਗਾ। ਜਿਹੜਾ ਪਾਏ ਕਹਿੰਦੇ ਨਾ ਲੋਕਾਂ ਦਾ ਬੇੜਾ ਬਹਿ ਗਿਆ, ਇਹ ਬਹੁਤ ਵੱਡੀ ਗੱਲ ਹੁੰਦੀ ਆ। ਰੱਬ ਵੀ ਨੇ ਗਾਲਾਂ ਦੇਵੇ ਦੇ ਮਾਨਾ ਤਾਂ ਹੋਰ ਕੀ ਕਰਾਂ, ਜੇ ਕਿਸੇ ਦੇ ਗਿੱਟੇ ਲੱਗੇ ਗੋਡੇ ਲੱਗੇ ਬਹਿ ਗਿਆ ਤਾਂ ਬਹਿ ਗਿਆ। ਫਿਰ ਚੱਲ ਚੰਗਾ ਭੈਣੇ, ਤੈਨੂੰ ਹੁਣ ਮੈਂ ਕੀ ਸਮਝਾਵਾਂ, ਚੱਲ ਹੋਰ ਗੱਲਾਂ ਛੱਡ, ਐ ਦੱਸ ਵੀ ਬਾਲਾ ਨੁਕਸਾਨ ਤਾਂ ਨੀ ਹੋਇਆ ਗੱਡੀ ਦਾ? ਬਚ ਗਈ? ਲੈ ਕੇ ਬਚ ਗਈ ਨੀ, ਬੰਦਾ ਮਰ ਗਿਆ, ਬੰਦਾ ਹੁਣ ਉਧਰ ਦੇਣਾ ਗਾ 30 ਲੱਖ ਰੁਪਇਆ, 30 ਲੱਖ ਚ ਹੋਇਆ ਨਵੇੜਾ, 30 ਲੱਖ ਰੁਪਇਆ ਉਧਰ ਤਾਂ ਦੇ ਹੀ ਦਿੱਤੇ, ਸਮਝ ਲਾ ਚੈੱਕ ਭਰ ਕੇ ਦੇ ਤਾ ਅਗਲੇ ਨੂੰ, ਹੁਣ ਲਾ ਦੇਣਗੇ, ਨੰਗ ਹੋ ਗਏ ਅਸੀਂ ਤਾਂ, ਬਾਲਾ ਮਾੜਾ ਹੋਇਆ ਹਨਾ। ਚੱਲ ਗੱਲ ਕਰ ਲੈ ਭੈਣੇ। ਚੱਲ ਕੋਈ ਗੱਲ ਨੀ, ਤੂੰ ਨਾ ਇਹ ਬਾਲੀ ਟੈਨਸ਼ਨ ਨਾ ਲਿਆ ਕਰ, ਨਾਲੇ ਬੰਦੇ ਦੀ ਸੁੱਖ ਚਾਹੀਦੀ ਆ, ਆ ਪੈਸਾ ਤਾਂ ਨਾ ਹੱਥਾਂ ਦੀ ਮੈਲਾ, ਆਉਂਦਾ ਜਾਂਦਾ ਹੀ ਰਹਿੰਦਾ। ਭੈਣੇ ਕਹਿਣਾ ਸੌਖਾ, ਤੈਨੂੰ ਤਾਂ ਹੁਣ ਨਾਲੇ ਗੱਲਾਂ ਆਉਂਦੀਆਂ ਨੇ, ਤੁਹਾਡਾ ਤਾਂ ਕਾਰੋਬਾਰ ਸਾਰਾ ਸੈੱਟ ਹੋ ਗਿਆ, ਜੀਤ ਤੇ ਬੀਤਦੀ ਹੈ ਨਾ ਉਹੀ ਜਾਣਦਾ ਗਾ, ਸਾਨੂੰ ਪਤਾ ਹੁਣ ਅਸੀਂ ਕਿਵੇਂ ਟਾਈਮ ਪਾਸ ਕਰਦੇ ਹਾਂ। ਕਹਿਣ ਨੂੰ ਜੋ ਤੂੰ ਮਰਜ਼ੀ ਕਹਿ ਲਾ, ਤੈਨੂੰ ਵੀ ਭੈਣੇ ਗੱਲਾਂ ਆਉਂਦੀਆਂ ਹੁਣ। ਨੀ ਭੈਣੇ ਮੈਨੂੰ ਕਾਹਦੀਆਂ ਗੱਲਾਂ ਆਉਣੀਆਂ, ਤੇਰੇ ਤੇ ਤਾਂ ਔਖ ਹੋਣ ਪਈ ਆ, ਜਿੰਨੀ ਮੈਂ ਆ ਕੱਟੀ ਆ ਨਾ, ਕੋਈ ਹੋਰ ਜਨਾਨੀ ਹੁੰਦੀ ਨਾ ਕਿੱਦੇ ਦੀ ਘਰ ਛੱਡ ਕੇ ਭੱਜ ਜਾਂਦੀ, ਆ ਰਹਿੰਦਾ ਖੁੰਦਾ, ਲੋਕਾਂ ਨੇ ਮੇਰੀ ਤੇ ਦੋਜੀ ਦੀ ਗੱਲ ਵੀ ਬਣਾਤੀ, ਦੱਸ ਉਹ ਵਿਚਾਰਾ ਕਰਦਾ ਜਵਾਕ, ਉਹਨੇ ਮੇਰੇ ਤੋਂ ਕੀ ਕਰਾਉਣਾ? ਅਗਲੇ ਤਾਂ ਭਾਬੀ ਭਾਬੀ ਕਹਿੰਦੇ ਮੂੰਹ ਨੀ ਧੱਕਦਾ, ਪਰ ਲੋਕਾਂ ਨੇ ਉਹ ਵੀ ਨੀ ਛੱਡਿਆ। ਮੇਰੀ ਗੱਲ ਸੁਣ,
ਆ ਤੂੰ ਕੱਲ ਦੇ ਜਵਾਕ ਜਵੂਕ ਵਾਲੀ ਤੇ ਗੱਲ ਨਾ ਨਾ ਕਰਨੀ, ਤੈਨੂੰ ਨੀ ਪਤਾ ਹੈਗਾ ਗਾ ਅੱਜ ਕੱਲ ਆਹ ਆਸ਼ਕੀ ਪੂਣਾ ਜਿਹਾ ਬਾਲਾ ਹੀ ਵਧਿਆ ਪਿਆ ਗਾ, ਲੋਕ ਤਾਂ ਜਿੱਧਰ ਨੂੰ ਮਰਜ਼ੀ ਲਾ ਉੱਧਰ ਨੂੰ ਚੱਲ ਪੈਂਦੇ ਨੇ। ਵਧਿਆ ਹੋਊਗਾ ਪਰ ਕੰਮੋ ਇਹ ਤਾਂ ਗਲਤ ਗੱਲ ਆ ਨਾ। ਇੱਕ ਗੱਲ ਆ, ਆਪਾਂ ਤਾਂ ਨਾ ਅਗਲੇ ਨੂੰ ਪੁੱਛਿਆ ਨਾ ਗਿੱਛਿਆ ਵੀ ਕੌਣ ਆ, ਆਪਾਂ ਤਾਂ ਨਾ ਰੱਬ ਅੱਗੇ ਝੋਲੀਆਂ ਅੱਡੀਆਂ ਵੀ ਜਿਹਨੇ ਮੇਰੇ ਬਾਰੇ ਮਾੜੀ ਗੱਲ ਬਣਾਈ ਆ ਰੱਬਾ ਤੂੰ ਹੀ ਦੇਖੀ ਦੇਖੂਗਾ, ਹੋਰ ਵੀ ਦੇਖੂਗਾ ਜੀ। ਪਤਾ ਕਿਉਂ ਲੈਣ ਆਈ ਹੈ, ਸੁਣਾਉਣ ਆਈ ਹੈ ਗੱਲਾਂ ਲੈਣੇ ਦੇਣ ਆਈ, ਪਰ ਕੋਈ ਨਾ ਮੈਂ ਵੀ ਸੁਣਾਉਣੀ ਹੈ ਨਾ ਚਾਰ ਫੇਟੇ ਪੂਰੀ। ਆ ਬੈਗ ਜਗ੍ਹਾ ਤੋਂ ਰੱਖੀ ਬੈਠੀ ਆ, ਜਾਣਾ ਜਾਣਾ ਕਿਤੇ ਨੀ ਜਾਣਾ ਕਾਹਨੂੰ ਆ ਕਿਤੇ, ਇਹਦੇ ਮੈਂ ਕੱਪੜੇ ਜੇ ਸਾਂਭਣ ਲੱਗ ਗਈ ਸੀਗੀ, ਪਹਿਲਾਂ ਮੈਂ ਬਿਸਕੁਟ ਜੇ ਰੱਖ ਕੇ ਆਈ ਹਾਂ ਜੀ, ਉਹ ਫਲ ਫੁੱਲ ਜੇ ਸਾਂਭਿਆ, ਮੇਰਾ ਭਰਾ ਆਇਆ ਸੀਗਾ। ਅੱਛਾ ਆ ਦੇਖ ਹੈ ਪੱਗ ਕੱਪੜੇ ਤੇ ਆ ਮੇਰੇ ਵਾਸਤੇ, ਕਹਿੰਦਾ ਭੈਣੇ ਤੂੰ ਮੋਟੀ ਹੋ ਗਈ ਹੈ, ਤੇਲ ਗੁਲਜਾ ਲੈ ਕੇ ਆਇਆ, ਤੇ ਤੈਨੂੰ ਪਤਾ ਹੀ ਆ ਮੇਰਾ ਭਰਾ ਤਾਂ ਮੇਰਾ ਕਰਦਾ ਵੀ ਬਾਹਲਾ ਹੈਗਾ ਨਾ, ਤੇ 5000 ਰੁਪਇਆ ਦੇ ਕੇ ਗਿਆ, ਤੇ ਮੈਨੂੰ ਕਹਿੰਦਾ ਭੈਣੇ ਟੈਨਸ਼ਨ ਨੀ ਲੈਣੀ ਹੈਗੀ ਗੀ, ਫਿਰ ਕਿਉਂ ਕਹਿੰਦੇ ਮਾੜਾ ਵਕਤ ਆ ਗਿਆ, ਕੋਈ ਨਾ ਜਿੰਨੇ ਮੇਰੇ ਮੇਰੇ ਖਾਤੇ ਚ ਆ ਤੇ ਤੇਰੀ ਭਾਬੀ ਦੇ ਖਾਤੇ ਚ ਆ ਸਾਰੇ ਪੈਸੇ, ਕਹਿੰਦਾ ਮੈਂ ਤੈਨੂੰ ਪਾ ਦੂੰਗਾ। ਅੱਛਾ ਇੰਨਾ ਚੰਗਾ ਮੇਰਾ ਭਰਾ ਤਾਂ, ਬਾਕੀ ਗੱਲ ਇਹ ਆ ਹਨਾ ਜਿਹਦੇ ਹੁੰਦੇ ਆ ਹਨਾ ਉਹਦੀ ਉਹੀ ਆਉਂਦੇ ਆ, ਹੁਣ ਤੈਨੂੰ ਤਾਂ ਕੀ ਪਤਾ, ਤੈਨੂੰ ਤਾਂ ਕੀ ਦੱਸਾਂ ਤੇਰੇ ਕਿਹੜਾ ਭਰਾ ਗਾ, ਨਾਲੇ ਮੇਰਾ ਭਰਾ ਤਾਂ ਵਾਲਾ ਹੀ ਕਰਦਾ ਗਾ, ਤੂੰ ਤਾਂ ਭਰਾ ਦਾ ਸੁੱਖ ਦੇਖਿਆ ਨੀ ਨਾ, ਨਾ ਹੀ ਤੇਰੇ ਚਾਚੇ ਤਾਇਆਂ ਦੇ ਮੁੰਡੇ ਆਉਂਦੇ ਆ ਤੇਰੇ ਕੋਲ ਹਨਾ, ਪਤਾ ਨੀ ਕੀ ਗੱਲ ਕਾ ਤਾਂ ਨੀ ਆਉਂਦੇ ਨੀ, ਤੂੰ ਮੈਨੂੰ ਕਦੇ ਦੱਸਿਆ ਹੀ ਨੀ ਹੈਗਾ ਗਾ। ਨਹੀਂ ਨੀ ਕੰਮੋ ਲੈ ਆ ਚਾਰ ਬਿਸਕੁਟਾਂ ਦਾ ਕੀ ਆ ਤੇ ਨਾਲੇ ਕੱਪੜਿਆਂ ਦਾ, ਇਹ ਤਾਂ ਨਾ ਮੇਰੇ ਘਰ ਵਾਲੀ ਮੈਨੂੰ ਵਾਧੂ ਚੀਜ਼ਾਂ ਲਿਆ ਦਿੰਦਾ, ਕੱਪੜੇ ਵੀ ਦਵਾ ਦਿੰਦਾ ਹੈ। ਘਰ ਵਾਲੇ ਭਰਾਵਾਂ ਨਾਲ ਕਿੱਥੇ ਰਲ ਗਏ, ਕਿੱਥੇ ਆਪਦੀਆਂ ਜੁੱਤੀਆਂ ਆਪਦਾ ਸਿਰ, ਘਰੇ ਲਿਆ ਕੇ ਘਰੇ ਖਾ ਲੈਂਦੇ ਹੋ, ਕਿੱਥੇ ਮਾਣ ਨਗਲਾ ਕਹਿੰਦਾ ਮੇਰਾ ਭਰਾ ਆਇਆ ਹਨਾ, ਭਰਾਵਾਂ ਦੀ ਤਾਂ ਗੱਲ ਕੁਛ ਹੋਰ ਹੁੰਦੀ ਆ, ਜੇ ਘਰ ਵਾਲਾ ਵੀ ਚੰਭਲੇ ਨਾ ਭਰਾ ਤਾਂ ਉਹਦੀ ਧੌਣ ਤੇ ਗੋਡਾ ਧਰ ਲੈਂਦੇ ਨੇ ਆ ਕੇ ਵੀ ਹਾਂ ਸਾਡੀ ਭੈਣ ਨੂੰ ਕਿਵੇਂ ਕਹਿਣਾ, ਨਾਲੇ ਮੇਰੇ ਭਰਾ ਦੇ ਮੂਹਰੇ ਸਨੀ ਖੰਘ ਕੇ ਵਿਖਾਵੇ। ਦੇਖ ਅੰਮੋ ਜੇ ਰੱਬ ਨੇ ਮੈਨੂੰ ਭਰਾ ਨਹੀਂ ਦਿੱਤਾ ਨਾ ਤਾਂ ਮੈਨੂੰ ਘਰ ਵਾਲਾ ਸੱਚੀ ਬਹੁਤ ਚੰਗਾ ਦਿੱਤਾ, ਤੇ ਨਾਲੇ ਸਾਰੀਆਂ ਚੀਜ਼ਾਂ ਤਾਂ ਬੰਦੇ ਨੂੰ ਮਿਲਦੀਆਂ ਵੀ ਨਹੀਂ ਹੁੰਦੀਆਂ, ਇੱਕ ਚੀਜ਼ ਦੀ ਕਮੀ ਤਾਂ ਹੁੰਦੀ ਆ, ਕਦੇ ਉਹਨੇ ਮੇਰੇ ਭੈਣ ਭਰਾ ਯਾਦ ਹੀ ਨਹੀਂ ਹੋਣ ਦਿੱਤੇ। ਤੂੰ ਜੋ ਮਰਜ਼ੀ ਕਹੀ ਜਾ ਉਹਦਾ ਦਿਲ ਰੱਖਣ ਦੀ ਮਾਰੀ, ਊਣੀ ਤਾਂ ਤੂੰ ਹੈਗੀ ਹੈਗੀ, ਠੀਕ ਹੈ ਨਾ ਮੇਰੀ ਗੱਲ ਸੁਣ, ਭਰਾ ਤਾਂ ਸੱਜੀਆਂ ਖੱਬੀਆਂ ਬਾਹਾਂ ਹੁੰਦੇ ਨੇ, ਊਣੀ ਤਾਂ ਤੂੰ ਊਣ ਹੀ ਰਹੇਗੀ ਭੈਣੇ, ਕਿਤੇ ਤਾਂ ਤੂੰ ਵੀ ਹੁੱਬ ਕੇ ਆਉਂਦੀ ਮੇਰੇ ਕੋਲ ਵੀ ਮੇਰਾ ਭਰਾ ਸੰਧਾਰਾ ਲੈ ਕੇ ਆਇਆ ਗਾ ਹਨਾ, ਆ ਲੈ ਕੇ ਆਇਆ ਤੇ ਕਿੱਥੇ ਹੁਣ ਤੂੰ ਕੌਲਿਆਂ ਚ ਵੱਜਦੀ ਫਿਰਦੀ ਰਹਿਨੀ ਆ, ਦਿਲ ਨੂੰ ਤਾਂ ਤੇਰੇ ਨੂੰ ਹੁੰਦਾ ਹੀ ਹੋਊਗਾ ਜਦੋਂ ਹਨਾ ਗਲੀ ਗਾਂਢ ਚ ਕੋਈ ਆਉਂਦਾ ਕਿਸੇ ਦਾ ਭਰਾ ਆਉਂਦਾ, ਮੇਰੀ ਗੱਲ ਸੁਣ ਮੈਂ ਤੈਨੂੰ ਆਏ ਨੀ ਕਹਿੰਦੀ ਲਾ ਕੇ ਨੀ ਕਹਿੰਦੀ, ਵੀ ਹੁੰਦਾ ਹੀ ਆ ਮਨ ਚ ਹੋ ਹੀ ਜਾਂਦਾ ਗਾ ਵੀ ਮੇਰਾ ਭਰਾ ਹੁੰਦਾ ਹਨਾ, ਮੇਰਾ ਭਰਾ ਵੀ ਆਉਂਦਾ ਗੱਡੀ ਕਾਰ ਲੈ ਕੇ ਮੇਰੇ ਵਾਸਤੇ ਸੂਟ ਲੈ ਕੇ, ਚੱਲ ਕੋਈ ਨਾ ਤੂੰ ਐਂ ਕਰ ਮੈਂ ਦੇ ਦਿੰਦੀ ਤੈਨੂੰ ਬਿਸਕੁਟ ਪਾ ਕੇ। ਉਹ ਨਹੀਂ ਨਹੀਂ ਚੰਨੀ ਨਾ ਐ ਨੀ ਪਤਾ ਅੱਜ ਹੀ ਲੈ ਆਵੇ ਸਾਰਾ ਸਮਾਨ, ਜਦੋਂ ਵੀ ਕੋਈ ਤਿਉਹਾਰ ਆਉਂਦਾ ਨਾ ਸਾਰੇ ਨਾਲੋਂ ਪਹਿਲਾਂ ਰਸੋਈ ਨੀ ਲੱਦੀ ਪਈ ਹੁੰਦੀ ਆ। ਇੱਕ ਗੱਲ ਤਾਂ ਹੈਗੀ ਆ ਨੀ ਤੁਹਾਡੇ ਕਿਹੜਾ ਕੋਈ ਜਵਾਕ ਆ ਖਾਣ ਪੀਣ ਵਾਲਾ ਹਨਾ, ਸਾਡੇ ਤਾਂ ਕੁੜੀ ਵੀ ਹੈਗੀ ਹੈਗੀ। ਜਵਾਕ ਲੈ ਜਵਾਕ ਦਾ ਕੀ ਆ, ਜਵਾਕ ਵੀ ਹੋ ਜਾਊਗਾ, ਆ ਬਸ ਤੈਨੂੰ ਪਤਾ ਹੀ ਆ ਰੱਬ ਨੇ ਵਕਤ ਪਾਤਾ ਸੀਗਾ। ਨੀ ਵਕਤ ਕਾਹਨੂੰ ਤੁਸੀਂ ਦੱਸਦੇ ਨੀ ਹੈਗੇ ਸੱਚ, ਨੁਕਸ ਨੁਕਸ ਆ ਕੋਈ ਤੂੰ ਨਾ ਲੁਕੋ ਰੱਖਦੀ ਆ ਕੋਈ ਜਾਂ ਚੰਨੀ ਚਾ ਜਾਂ ਤੇਰੇ ਚਾ ਕੋਈ ਨੁਕਸ। ਨਹੀਂ ਨਹੀਂ ਕੰਮੋ ਅਸੀਂ ਆਪ ਹੀ ਨੀ ਬੱਚੇ ਬਾਰੇ ਸੋਚਿਆ ਵੀ ਜਦੋਂ ਆਪਣੇ ਫਿਊਚਰ ਜਾ ਖਰਾਬ ਹੋਇਆ ਪਿਆ ਸੀ ਤਾਂ ਬੱਚੇ ਦਾ ਕੀ ਭਵਿੱਖ ਬਣਾਵਾਂਗੇ। ਮੈਨੂੰ ਤਾਂ ਐਂ ਲੱਗਦਾ ਰੱਬ ਨੇ ਨਾ ਤੇਰੇ ਚਾਰੇ ਕੋਣੇ ਨੀਵੇਂ ਰੱਖੇ ਆ ਵੀ ਬਸ ਵਿਚਾਲੇ ਉੱਚੀ ਚੱਕਦਾ ਤੈਨੂੰ, ਕੱਲਾ ਪੈਸਾ ਵੀ ਕੀ ਕਰੂ
ਜਦੋਂ ਚਾਰੇ ਕੋਨੇ ਭਾਂ ਭਾਂ ਕਰਦੇ ਹੋਣ। ਚੱਲ ਕੰਮੋ ਮੈਂ ਨਾ ਹੁਣ ਜਾਣੀ ਆ। ਨਹੀਂ ਚਾਹ ਪੀ ਕੇ ਜਾਈ, ਬਿਸਕੁਟਾਂ ਨਾਲ ਪਿਆਉਂਗੀ ਤੈਨੂੰ, ਬਹਿ ਜਾ। ਬਰਫੀ ਆ ਕੋਈ ਦਿਖਾ ਲਈ? ਮੈਂ ਬਰਫੀ ਖਾਂਦੀ ਨੀ ਹੈਗੀ। ਰਸਗੁੱਲੇ ਖਾਲੀ ਫੇਰ ਗੁਲਾਬ ਜਾਮਣ? ਤੈਨੂੰ ਪਤਾ ਤਾਂ ਹੈਗਾ ਪਿੱਛੇ ਜੇ ਮੈਨੂੰ ਸ਼ੂਗਰ ਆਈ ਸੀਗੀ, ਡਾਕਟਰ ਨੇ ਮਿੱਠਾ ਖਾਣਾ ਬੰਦ ਕੀਤਾ। ਫਲ ਖਾ ਲੈ ਮੇਰਾ ਭਰਾ, ਫਲ ਵਾਧੂ ਲਿਆਇਆ। ਫਰੂਟ ਸਾਡਾ ਫਰਿੱਜ ਜਮਾ ਭਰਿਆ ਪਿਆ, ਉੱਲੀ ਲਾ ਜਾਂਦੀ ਹੈ। ਕੀ ਕਰਨੀ ਹੈ ਕਿਸੇ ਨੂੰ ਦੇ ਦਿਆ ਕਰ, ਫਰਿੱਜ ਉੱਲੀ ਲਾ ਕੇ ਵੀ ਕੀ ਕਰਨੀ ਹੁੰਦੀ ਹੈ? ਉਹੀ ਤਾਂ ਮੈਂ ਕਹਿੰਦੀ ਹਾਂ, ਮੈਂ ਆਪਣੀ ਸਾਰੀ ਗਲੀ ਚ ਵੰਡ ਦਿੰਦੀ ਹਾਂ ਤੇ ਤੁਹਾਡੇ ਫੜਾ ਜੂੰਗੀ, ਕੋਈ ਗੱਲ ਨੀ। ਚਲੋ ਨਾ ਨਾ, ਨਾਲੇ ਸਾਡੀ ਜਵਾਕੜੀ ਕਿਸੇ ਦੀ ਚੀਜ਼ ਨੀ ਖਾਂਦੀ, ਨਾ ਹੀ ਅਸੀਂ ਖਾਣ ਦਈਏ ਭੈਣੇ। ਲੋਕਾਂ ਦਾ ਕੀ ਪਤਾ, ਕੋਈ ਕੁਛ ਕਰ ਕਰਾ ਕੇ ਦੇ ਦੇ, ਹਨਾ? ਸਾਡੇ ਕੱਲਾ ਜਵਾਕੜੀ ਹੈ ਸਾਡੇ ਵੀ। ਮੈਂ ਨੀ ਕਿਸੇ ਨੂੰ, ਨਾ ਮੈਂ ਕੱਪੜਾ ਪਾਉਣ ਦੇ ਮੈਂ ਆਪਦੀ ਜਵਾਕੜੀ ਦੇ ਕਿਸੇ ਦਾ, ਨਾ ਮੈਂ ਖਾਣ ਪੀਣ ਦੇ ਮੈਂ ਭੈਣੇ। ਮੈਨੂੰ ਤਾਂ ਵਹਿਮ ਹੋ ਜਾਂਦਾ ਮੇਰੀ ਕੁੜੀ ਦਾ ਮਾੜਾ ਜਿਹਾ ਕੁਛ ਦੁੱਖਣ ਲੱਗ ਜੇ। ਕੰਮੋ ਤਾਂ ਜਮਾ ਨਾ ਕਾਮਣੀਆਂ ਗੱਲਾਂ ਕਰਦੀਆਂ, ਆ ਬੱਚੇ ਤੇ ਕੌਣ ਕੁਛ ਕਰੂਗਾ, ਬੱਚੇ ਤਾਂ ਰੱਬ ਦਾ ਰੂਪ ਹੁੰਦੇ ਨੇ। ਗੁੱਸਾ ਨਾ ਕਰੀ, ਚੱਲ ਤੂੰ ਤਾਂ ਮੇਰੀ ਸਹੇਲੀ ਆ, ਜਿਹਦੇ ਹੁੰਦੇ ਨੀ ਭੈਣੇ ਐਂ ਕਰ ਦਿੰਦੇ ਹੁੰਦੇ ਆ ਵੀ ਇਹਦਾ ਮਰਜੇ ਸਾਡੇ ਹੋ ਜੇ। ਹਾਏ ਐਂ ਕਿਉਂ ਕਹਿਨੀ ਆ? ਨਹੀਂ ਮੈਂ ਤਾਂ ਉਹ ਕਹਿਨੀ ਆ ਵੀ ਲੋਕਾਂ ਦਾ ਹਾਲ ਹੈ ਵੀ ਡਰ ਕੇ ਚੱਲਣਾ ਚਾਹੀਦਾ ਦੁਨੀਆ ਤੋਂ। ਹੁਣ ਮੇਰੀ ਗੱਲ ਸੁਣ, ਮੈਂ ਕਿੱਦੇ ਦੀ ਬਿਮਾਰ ਪਈ ਆ ਕਿ ਹਨਾ ਵੀ ਲੋਕਾਂ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ, ਮੁੱਖ ਦੀ ਗੱਲ ਇਹੀ ਆ। ਹਾਂ ਇਹ ਤਾਂ ਗੱਲ ਹੈਗੀ ਆ। ਚੱਲ ਨੀ ਬੱਦਲ ਆ ਗਿਆ ਚੜ ਕੇ, ਤੇਰੇ ਕੱਪੜੇ ਕੁੱਪੜੇ ਤਾਂ ਨੀ ਬਾਹਰ ਪਏ? ਨਹੀਂ ਨਹੀਂ ਅੱਛਾ ਮੈਂ ਕੱਪੜੇ ਧੋਏ। ਚੱਲ ਭੈਣੇ ਮੈਂ ਤਾਂ ਲਾਉਣੀ ਹੈਗੀ ਜਾ ਕੇ, ਮੈਂ ਤਾਂ ਧੋਏ ਹੈਗੀ। ਹਾਂ ਮੈਂ ਵੀ ਚੱਲਦੀ ਆ। ਵੈਸੇ ਤੇਰੀ ਗੱਲ ਸਹੀ ਆ, ਅਸੀਂ ਵੀ ਲੋਕਾਂ ਤੇ ਬਾਹਲਾ ਯਕੀਨ ਕਰ ਲਿਆ ਸੀ ਤੇ ਸਾਡੀ ਵੀ ਜਮਾ ਪੱਟੀ ਪੋਚਤੀ। ਚੱਲ ਚੰਗਾ ਮੈਂ ਜਾਂਦੀ ਆ। ਚੰਗਾ ਪੋਚਤੀ ਪੱਟੀ ਪੂਰੀ 12 ਤਾਲੀ ਲੈ ਗਈ, ਜਾਂਦੀ ਜਾਂਦੀ ਫੇਰ ਸੁਣਾ ਗਈ, ਹਜੇ ਜਾਣ ਦੇ ਮੈਨੂੰ ਭੁਮੀਰਾਂ ਵਾਲੇ ਬਾਬੇ ਕੋਲ, ਫੇਰ ਦੇਖ ਤੇਰੇ ਭਾਂਡੇ ਖੜਕਦੇ। ਦੇਖ ਲੈ ਵੀ ਜੇ ਮੇਰੇ ਭਰਾ ਹੈ ਨੀ ਫਿਰ ਤੂੰ ਭਲਾ ਮੈਨੂੰ ਐ ਮਿਹਣੇ ਕਿਉਂ ਮਾਰਦੀ ਆ? ਚੰਨੀ ਵੀ ਨਾ ਹਟਿਆ ਨੀ ਹੈਗਾ, ਤੂੰ ਜਾ ਕੇ ਆਈ ਉਹਦੇ ਘਰੇ, ਜਾ ਕੇ ਆਈ, ਗਈ ਤਾਂ ਕੀ ਮਿਲਿਆ? ਮਨ ਹੀ ਖਰਾਬ ਹੋਇਆ ਆਪਣਾ। ਬੰਦਾ ਪੁੱਛਣ ਵਾਲਾ ਹੋਵੇ ਵੀ ਜੇ ਕਿਸੇ ਦਾ ਮਾੜਾ ਕਰੋਗੇ ਤਾਂ ਤੁਹਾਡੇ ਨਾਲ ਮਾੜਾ ਹੀ ਹੋਊਗਾ, ਸਾਨੂੰ ਤਾਂ ਦੇਖ ਕੇ ਤੁਸੀਂ ਜਮਾ ਨੀ ਜਰਦੇ। ਬਾਬਿਆਂ ਦੇ ਤਾਂ ਤੂੰ ਆਪ ਫਿਰਦੀ ਰਹਿਣੀ ਆ, ਇੱਕ ਦਿਨ ਤੇਰੇ ਤੇ ਪੁੱਠਾ ਪੈਣਾ ਸੀ ਹੁਣ ਪੈ ਗਿਆ, ਕਿੰਨਾ ਕੁ ਟਾਈਮ ਕਿਸ ਦਾ ਮਾੜਾ ਕਰਦੀ ਰਵੇਂਗੀ? ਨਾਲੇ ਹੁਣ ਮੈਂ ਭਰਾ ਦੱਸ ਕੀ ਦਾ ਚੱਕ ਲਿਆ ਵਾ, ਮੈਂ ਸ਼ਾਇਦ ਇੱਕੋ ਹੀ ਮਿਹਣਾ ਹੁੰਦਾ, ਤੇਰੇ ਭਰਾ ਨੀ ਤੇਰੇ ਭਰਾ ਨੀ। ਜੈ ਬਾਬੇ ਭਮੇਰੀਆਂ ਵਾਲੇ ਦੀ, ਜੈ ਬਾਬੇ ਭਮੱਕੜ ਦਾਸ ਦੀ, ਜੈ ਬਾਬੇ ਭਮੇਰੀਆਂ ਵਾਲੇ ਦੀ, ਜੈ ਬਾਬੇ ਭਮੱਕੜ ਦਾਸ ਦੀ। ਲੈ ਬਾਬਾ ਮੇਰਾ ਕੰਮ ਕਰਦੀ, ਪਾਰ ਉਤਾਰੇ ਕਰਦੀ, ਜਮਾਂ ਕੰਮ ਸਿਰੇ ਲਾ ਦੀ। ਜੈ ਬਾਬੇ ਭਮੇਰੀਆਂ ਵਾਲੇ ਦੀ, ਮੇਰਾ ਕੰਮ ਚੱਲ ਪੇ, ਇਹਨਾਂ ਦਾ ਕੰਮ ਠੱਪ ਹੋ ਜੇ, ਮੇਰਾ ਕੰਮ ਚੱਲ ਪੇ, ਇਹਨਾਂ ਦਾ ਕੰਮ ਠੱਪ ਹੋ ਜੇ। ਲੈ ਬਾਬਾ ਸੁੱਖ ਰੱਖੀ, ਪੂਰੇ 51,000 ਦਊਂਗੀ, ਇਹਨਾਂ ਦਾ ਕੰਮ ਤਾਂ ਠੱਪ ਹੀ ਹੋ ਜੇ। ਚਲਾ ਵੀ ਵਧੀਆ ਹੋ ਗਿਆ, ਟਾਈਮ ਨਾਲ ਗੱਡੀ ਖਾਲੀ ਹੋ ਗਈ। ਆ ਕੀ ਲੱਡੂ, ਆ ਕਿਹਨੇ ਧਰੇ ਹੋਏ? ਲੱਗਦਾ ਰੀਤ ਨੇ ਧਰੇ ਹੋਣੇ, ਪਰਸੋਂ ਲੱਡੂ ਲਿਆਂਦੇ ਸੀ ਨਾ। ਹਾਂ ਹੱਚ ਮੂੰਹ ਕਮਲਾ ਮੈਂ ਤੇ। ਲੈ ਉਹ ਆ ਗਈ, ਪਾਣੀ ਦੇ ਦਾ। ਰੀਤ ਹਾਂਜੀ, ਇੱਕ ਗਲਾਸ ਪਾਣੀ ਦਾ ਲਿਆ। ਲਿਆ ਰਹੀ ਆ। ਓਹੋ
ਲੋ ਪਾਣੀ ਪੀ ਲਓ। ਕੀ ਗੱਲ ਹੋ ਗਈ ਰੀਤਾ? ਨਹੀਂ ਕੁਛ ਨਹੀਂ। ਕੋਈ ਗੱਲ ਤਾਂ ਹੋਈ ਆ? ਕੀ ਦੱਸਾਂ ਹੁਣ ਮੈਂ? ਹੋਰ ਕਿਹਨੂੰ ਦੱਸੇਂਗੀ? ਜੇ ਕੋਈ ਦੁੱਖ ਤਕਲੀਫ ਹੈਗੀ ਆ ਮੈਨੂੰ ਦੱਸੇਂਗੀ? ਮੈਨੂੰ ਤਾਂ ਦੁੱਖ ਵੀ ਉਹ ਆ ਜਿਹਦਾ ਕੋਈ ਹੱਲ ਵੀ ਨਹੀਂ ਹੈਗਾ। ਹੱਲ ਵੀ ਉਹ ਗੱਲ ਦੱਸ ਪਹਿਲਾਂ ਮੈਨੂੰ। ਤੁਹਾਨੂੰ ਮੈਂ ਕਿਹਾ ਸੀਗਾ ਨਾ ਵੀ ਮੈਂ ਨਹੀਂ ਜਾਣਾ ਹੈਗਾ ਉਹਨਾਂ ਦੇ, ਵੀ ਤੁਸੀਂ ਹੀ ਜਾਇਓ। ਤੁਹਾਨੂੰ ਪਤਾ ਹੈਗਾ ਵੀ ਕਿੱਦਾਂ ਦੀ ਜਨਾਨੀ ਆ ਉਹ, ਟੌਂਚਾ ਮਾਰਦੀ ਆ ਫਿਰ। ਉਹ ਗੱਲ ਸੁਣ, ਆਪਾਂ ਕਹਿੰਦੇ ਹੁੰਦੇ ਗਵਾੜ ਮੱਥੇ ਬਣਾ ਕੇ ਰੱਖਣੀ ਚਾਹੀਦੀ ਆ, ਹੈਂ? ਆਪਾਂ ਕਿਉਂ ਵਿਗਾੜਾਂਗੇ? ਇੱਕ ਜਣਾ ਬਣਾ ਕੇ ਕੀ ਕਰੂਗਾ? ਤੁਹਾਨੂੰ ਪਤਾ ਅੱਜ ਨੂੰ ਉਹਨੇ ਮੈਨੂੰ ਉਹ ਗੱਲਾਂ ਸੁਣਾਈਆਂ ਜਿਹੜੀਆਂ ਕੋਈ ਸੁਣ ਵੀ ਨਾ ਸਕਦਾ ਹੋਵੇ। ਜੇ ਹੁਣ ਮੇਰੇ ਵੀਰਾ ਨਹੀਂ ਹੈਗਾ ਫਿਰ ਹੁਣ ਮੈਂ ਭਰਾ ਕਿੱਥੋਂ ਲਿਆਵਾਂ? ਕਹਿੰਦੀ ਮੇਰੇ ਤਾਂ ਸੰਧਾਰਾ ਆਇਆ, ਤੇ ਤੈਨੂੰ ਕੌਣ ਦੇ ਕੇ ਜਾਂਦਾ ਹੋਣਾ ਸੰਧਾਰਾ? ਨਾਲੇ ਤੈਨੂੰ ਕੀ ਪਤਾ ਵੀ ਭਰਾ ਕੀ ਹੁੰਦੇ ਨੇ। ਮੈਂ ਉਹਨੂੰ ਕਿਹਾ ਵੀ ਚੰਨੀ ਨਾ ਮੈਨੂੰ ਸਾਰਾ ਖਾਣ ਪੀਣ ਦਾ ਸਮਾਨ ਪਹਿਲਾਂ ਹੀ ਲਿਆ ਦਿੰਦੇ ਆ, ਫਿਰ ਵੀ ਉਹਨੇ ਗੱਲ ਹੀ ਨਹੀਂ ਆਉਣ ਦਿੱਤੀ ਜਨਾਨੀ ਨੇ। ਬਸ ਮੈਂ ਨਹੀਂ ਹੁਣ ਉਹਦੇ ਘਰੇ ਜਾਣਾ, ਮੈਂ ਦੱਸ ਭਰਾ ਕਿੱਥੋਂ ਲੈ ਕੇ ਆਵਾਂ? ਉਹ ਲੈ ਉਹ ਪਾਗਲੇ, ਉਹ ਫਿਰ ਕਿਉਂ ਪਰਮਾਤਮਾ ਨਹੀਂ ਦਿੱਤਾ ਭਰਾ, ਇਹ ਚ ਤੇਰਾ ਕੀ ਕਸੂਰ ਆ? ਉਹ ਤਾਂ ਅਗਲੀ ਕਹਿੰਦੀ ਤੂੰ ਤਾਂ ਆਉਣੀ ਆ, ਤੇਰੇ ਭਰਾ ਵੀ ਨੀ ਤੇ ਤੁਹਾਡਾ ਬੱਚਾ ਵੀ ਨੀ ਹੈਗਾ, ਵੀ ਤੁਹਾਡੇ ਚ ਕੋਈ ਕਮੀ ਆ? ਮੈਨੂੰ ਕਿਹਾ ਵੀ ਕੋਈ ਕਮੀ ਨੀ ਹੈਗੀ, ਬਈ ਹਜੇ ਸਾਡੀ ਕਬੀਲਦਾਰੀ ਨੀ ਸੈੱਟ ਸੀ ਤਾਂ ਕਰਕੇ ਅਸੀਂ ਸੋਚਿਆ ਨੀ ਹੈਗਾ। ਦੇਖ ਲਾ ਕਿੰਨੀ ਪਾਗਲ ਜਨਾਨੀ ਹੈ, ਤੇਰੇ ਤੇ ਇੰਨਾ ਦੁੱਖਾਂ ਦਾ ਭਾਰ ਟੁੱਟਿਆ ਹੋਇਆ, ਤੂੰ ਤਾਂ ਵੀ ਟੌਟ ਮਾਰਨ ਨੂੰ ਹਟਦੀ, ਹੈਂ? ਫੇਰ ਕਹਿੰਦੇ ਰੱਬ ਸਾਡਾ ਮਾੜਾ ਕਿਉਂ ਕਰਦਾ, ਤੇ ਮਾੜਾ ਤਾਂ ਹੋਊਗਾ ਤੁਹਾਡਾ, ਹੈਂ? ਮੈਨੂੰ ਦੇਖ ਦੇਖ ਕੇ ਜਾਣ ਜਾਣ ਕਹਿੰਦੀ ਸੀ ਜਿਹੜੇ ਲੋਕ ਸਾਡੇ ਤੇ ਕਰਾਉਂਦੇ ਆ ਨਾ ਉਹਨਾਂ ਦਾ ਬੇੜਾ ਬਹਿ ਜੇ, ਉਹਨਾਂ ਦਾ ਬੇੜਾ ਬਹਿ ਜੇ। ਲੈ ਆਪਾਂ ਕਿਉਂ ਕਿਸੇ ਬਾਬੇ ਦੇ ਜਾਣਾ? ਪੜ੍ਹੇ ਲਿਖੇ ਆ, ਦਿਮਾਗ ਥੋੜੀ ਖਰਾਬ ਆਪਣਾ ਕਿ ਆਪਾਂ ਬਾਬਿਆਂ ਦੇ ਫਿਰਾਂਗੇ। ਹਾਂ ਫਿਰ ਕਿਹੜਾ ਮਾੜਾ ਕਰੂਗਾ, ਬੇੜਾ ਬੈਠੂਗਾ ਹੀ। ਹਾਂ ਫਿਰ ਸਹੀ ਤੇ ਕਹਿੰਦੀ ਆ, ਕਹੀਦਾ ਹੁੰਦਾ, ਰੱਬ ਵੀ ਕਹਿੰਦਾ ਹੁੰਦਾ ਕਿਸੇ ਨੂੰ ਮਾੜਾ ਨਾ ਕਹੋ। ਉਹ ਦੇਖ ਰਿਹਾ ਨਾ ਆਪੇ ਨੀਲੀ ਛੱਤਰੀ ਵਾਲਾ, ਉਹਨੂੰ ਸਭ ਪਤਾ ਕਿਹੜਾ ਕੀ ਕਰਦਾ ਪਿਆ। ਦੇਖ ਇਹਨਾਂ ਨੇ ਆਪਣਾ ਮਾੜਾ ਕੀਤਾ ਸੀ, ਹੋ ਗਿਆ ਨਾ ਨੁਕਸਾਨ ਕਿੱਦਾਂ। ਉਹ ਚੱਲ ਉਹ ਤਾਂ ਪਰਮਾਤਮਾ ਤੇ ਨਹੀਂ ਕਹਿੰਦਾ ਕਿਸੇ ਦਾ ਨੁਕਸਾਨ ਹੋਵੇ ਯਾਰ, ਜਿਹੜਾ ਕਰ ਗਿਆ ਕਰ ਗਿਆ, ਉਹ ਭਰੂਗਾ ਵੀ। ਕਹਿੰਦੇ ਹੁੰਦੇ ਆ ਇੱਥੇ ਨਰਕ ਆ ਤੇ ਇੱਥੇ ਸਵਰਗ ਆ, ਹੈ? ਲੋਕ ਤੇ ਪਰਮਾਤਮਾ ਬਾਹਰ ਲੱਭਦੇ ਫਿਰਦੇ ਆ, ਪਰਮਾਤਮਾ ਆਪਾਂ ਦੇ ਅੰਦਰ ਆ। ਸਾਰੀ ਗੱਲ ਨੋਟ ਕਰਦਾ, ਜੇ ਤੂੰ ਕਿਸੇ ਦਾ ਚੰਗਾ ਕਰੇਂਗੀ ਨਾ ਤੇਰਾ ਦੁੱਗਣਾ ਚੰਗਾ ਹੋਊਗਾ, ਇਹ ਯਾਦ ਰੱਖੀ ਗੱਲ, ਕਦੇ ਵੀ ਨਾ ਭੁੱਲੀ। ਜੇ ਉਹ ਟੌਟ ਮਾਰਦੇ ਨਾ ਕੋਈ ਗੱਲ ਨੀ, ਤੈਨੂੰ ਫਿਕਰ ਕਰਨ ਦੀ ਲੋੜ ਨਹੀਂ, ਤੂੰ ਉਦਾਸ ਨਾ ਹੋ ਕਿਉਂਕਿ ਡਾਕਟਰ ਨੇ ਕਿਹਾ ਹੋਇਆ ਜੇ ਤੂੰ ਟੈਨਸ਼ਨ ਲਏਂਗੇ ਨਾ ਤੇਰੇ ਦਿਮਾਗ ਵਾਲੀ ਨਸ ਫੜ ਜੂਗੀ, ਤੇ ਫਿਰ ਜੇ ਤੈਨੂੰ ਕੁਛ ਹੋ ਗਿਆ ਤੈਨੂੰ ਪਤਾ ਮੇਰਾ ਕੁਛ ਵੀ ਨਹੀਂ ਇਸ ਦੁਨੀਆ ਵਾ, ਮੈਂ ਵੀ ਨਾ ਤੇਰੇ ਕਰਕੇ ਜਿਉਣਾ ਮੈਂ, ਤੂੰ ਸਮਝਿਆ ਕਰ, ਟੈਨਸ਼ਨ ਨਾ ਲੈ। ਇਹਦੇ ਤੇਰਾ ਕੀ ਕਸੂਰ ਆ? ਉਹਦਾ ਬਾਪੂ ਦੀ ਗਲਤੀ ਸੀ, ਬਾਪੂ ਦੀ ਗਲਤੀ ਕਰਕੇ ਇੰਨਾ ਪਵਾੜਾ ਪਿਆ, ਉਹ ਤਾਂ ਕਰਕੇ ਬਰਤਨੋਂ ਹਟ ਗਏ। ਉਹ ਗੱਲਾਂ ਛੱਡ, ਤੂੰ ਐਂ ਦੱਸ ਲੱਡੂ ਤੂੰ ਰੱਖ ਕੇ ਆਈ ਆ ਬਾਹਰ? ਲੈ ਕਿਹੜੇ ਲੱਡੂ? ਉਹ ਬਾਹਰ ਪਏ ਗੇਟ ਮੂਹਰੇ ਲੱਡੂ। ਆਪਣੇ ਗੇਟ ਮੂਹਰੇ? ਹਾਂ ਮੈਂ ਤਾਂ ਸਾਰੇ ਲੱਡੂ ਵੰਡਤੇ ਸੀਗੇ, ਮੇਰਾ ਤਾਂ ਨਾ ਲੱਡੂ ਖਾਣ ਨੂੰ ਇੰਨਾ ਜੀ ਕਰ ਰਿਹਾ ਸੀ ਮੈਨੂੰ ਖਾਣ ਨੂੰ ਵੀ ਨਹੀਂ ਬਚਿਆ, ਜੇ ਚੱਕ ਲਿਆ ਖਾ ਲਾਂਗੇ। ਲੈ ਹੁਣ ਤੇਰਾ ਮਜ਼ਾਕ ਸੁੱਜੀ ਜਾਂਦਾ, ਪਰ ਮੈਂ ਤੈਨੂੰ ਐਂ ਪੁੱਛਦਾ ਲੱਡੂ ਕਿਹਨੇ ਰੱਖੇ ਆ, ਉਹ ਕਿਸੇ ਨੇ ਟੂਣਾ ਤੇ ਨਹੀਂ ਕਰਤਾ? ਹਾਂ ਸੱਚੀ ਉਹ ਪਏ ਨੇ। ਹੋਰ ਉਹ ਤਾਂ ਪੁੱਛੀ ਜਾਂਦਾ ਤੈਨੂੰ ਐ? ਮੈਨੂੰ ਤਾਂ ਨਾ ਲੱਗਦਾ ਹੁਣ ਆਪਣਾ ਫੇਰ ਕੰਮ ਬੰਦ ਹੋਊਗਾ, ਮਸਾਂ ਗਰੀਬੀ ਚ ਨਿਕਲੇ ਸੀਗੇ
ਫੇਰ ਉੱਥੇ ਕਹਾਣੀ ਆ ਜੂ। ਆ ਜਾ ਦਿਖਾਈ ਮੈਨੂੰ। ਆਇਆ ਕਿਹੜਾ ਕੰਮ ਬੰਦ ਹੋ ਜੂ ਯਾ ਤੂੰ ਨਾ ਕੰਮ ਬੰਦ ਕਰ। ਜਿਆ ਛੇਤੀ ਆਇਆ। ਚੱਲ। ਲੋਕ ਵੀ ਨਾ ਸਾਨੂੰ ਜੀਣ ਨਹੀਂ ਦਿੰਦੇ। ਆ ਦੇਖ। ਆਹਾ ਆ ਪੁੱਛਦਾ ਮੈਂ। ਹਾਏ ਮੈਨੂੰ ਲੱਗਦਾ ਹੋ ਗਿਆ ਫੇਰ ਉਹੀ ਕੰਮ। ਉਹ ਕੀ ਹੋ ਗਿਆ ਤੈਨੂੰ? ਉਹ ਇਹਨਾਂ ਨਾਲ ਕੁਝ ਨਹੀਂ ਹੁੰਦਾ। ਹੁੰਦਾ ਕਿਉਂ ਨਹੀਂ? ਉਹ ਤੂੰ ਫਿਕਰ ਤੈਨੂੰ ਨਹੀਂ ਪਤਾ। ਇਹ ਤਾਂ ਬਾਲਾ ਟਕੜਾ ਟੂਣਾ ਹੈ। ਉਹ ਨਹੀਂ ਯਾਰ। ਹਾਏ ਮੈਨੂੰ ਲੱਗਦਾ ਨਾ ਹੁਣ ਫੇਰ ਉਹੀ ਦਿਨ। ਉਹ ਨਹੀਂ ਨਹੀਂ ਆਉਂਦੇ ਯਾਰ, ਕਿਉਂ ਟੈਨਸ਼ਨ ਫਿਕਰ ਨਾ ਕਰ। ਮੈਂ ਪੈਸੇ ਮੰਗਣੇ ਪੈਣਗੇ ਬਈ, ਮੈਂ ਤਾਂ ਨਹੀਂ ਬਚਦੀ। ਉਹ ਨੈਣਾ ਤੂੰ ਫਿਕਰ ਨਾ ਕਰ, ਤੂੰ ਟੈਨਸ਼ਨ ਨਾ ਲੈ ਰੀਤ, ਤੂੰ ਨਾ ਟੈਨਸ਼ਨ ਲੈ। ਫਿਰ ਡਾਕਟਰ ਕੋਲ ਫਿਰ ਜਾਣਾ ਪਊ, ਮੈਨੂੰ ਲੱਗਦਾ ਤੇਰਾ ਆਪਰੇਸ਼ਨ ਕਰਾਉਣਾ ਪਊਗਾ। ਨੈਣਾ ਰੀਤ ਐ ਨਾ, ਉਹ ਟੈਨਸ਼ਨ ਨਾ ਲੈ, ਉਹ ਕੁਛ ਨਹੀਂ ਹੁੰਦਾ, ਮੈਂ ਇਹਨੂੰ ਪਰੇ ਮਾਰਦਾ। ਨਹੀਂ ਤੂੰ ਪੈਰ ਨਾ ਮਾਰ, ਤੈਨੂੰ ਨਾ ਕੁਛ ਹੋ ਜੇ ਕਿਤੇ। ਉਹ ਮੈਨੂੰ ਕੁਛ ਨਹੀਂ ਹੁੰਦਾ। ਕੀ ਹੋ ਗਿਆ? ਉਹ ਕਿਵੇਂ ਚੱਕਰ ਜਿਹਾ ਆਈ ਜਾਂਦਾ, ਕਿਵੇਂ ਡਿੱਗੀ ਨਹੀਂ ਜਾਂਦੀ? ਠੀਕ ਆ ਉਹ? ਠੀਕ ਆ ਭਾਈ। ਹਾਏ ਬੂ ਮੈਂ ਮਰ ਜਾ, ਲਾਲ ਲੱਡੂਆਂ ਦਾ ਢਾਲਾ। ਹਾਏ ਪਤਾ ਨਹੀਂ ਕਿਹੜਾ ਕਰ ਗਿਆ ਭਾਈ। ਹਾਏ ਬੇ ਤਾਂ ਬਾਲਾ ਹੁੰਦਾ ਤਾਂ ਮਾਂ ਜੀ ਦਿੰਦਾ ਬੰਦੇ ਨੂੰ, ਇਹ ਤਾਂ ਜਾੜ ਦਿੰਦਾ। ਭਾਈ ਨਾ ਬੋਲੋ ਨਾ, ਇਹ ਟੈਨਸ਼ਨ ਹੁੰਦੀ ਆ ਬਈ ਇਹ ਜੇ ਗੱਲਾਂ। ਭਰਾਵਾ ਮੈਂ ਕਿਉਂ ਅਕੇਲੇ ਮੈਂ ਝੂਠ ਬੋਲਦੀ ਆ? ਤੈਨੂੰ ਮੈਂ ਕਹੇ ਸੀ ਨਾ ਆਪਣੇ ਤੇ ਜਾੜ ਕੇ ਗਰੀਬੀ ਆਉਗੀ। ਉਹ ਨਹੀਂ ਆਉਂਦੀ ਗਰੀਬੀ, ਕਿਉਂ ਫਿਕਰ ਕਰਦੀ ਮੈਂ ਤੇਰੇ ਨਾਲ। ਹਾਏ ਮੈਂ ਟੈਨਸ਼ਨ ਨਾ ਲੈ, ਪਹਿਲਾਂ ਗੁੱਤਰ ਤੇ ਪੈਸੇ ਲੱਗੀ ਜਾਣਗੇ। ਆਪਾ ਵੀ ਤੂੰ ਨਾ ਟਹਿਆ, ਉਹ ਕਹਿਆ ਤੂੰ ਬੋਲਣਾ। ਚੱਲ ਤੂੰ ਅੰਦਰ ਚੱਲ, ਲੈ ਜਾ ਵੀ ਲੈ ਜਾ ਇਹਨੂੰ ਅੰਦਰ ਲੈ ਜਾ। ਆਇਆ ਤੂੰ, ਮੇਰੇ ਤਾਂ ਦਿਮਾਗ ਫਟਣ ਨਾਲ ਹੋ ਗਿਆ ਤੈਨੇ। ਕੋਈ ਤੂੰ ਟੈਨਸ਼ਨ ਨਾ ਲੈ, ਮੈਂ ਡਾਕਟਰ ਨੂੰ ਬੁਲਾਉਣਾ। ਠੀਕ ਆ ਬੱਚੇ, ਨਹੀਂ ਧਿਆਨ ਨਾ ਪਾ ਦੀ, ਡਾਕਟਰ ਡਾਕਟਰ ਬੁਲਾ ਲਾ, ਹੋਰ ਨਾ ਅੰਦਰ ਹੀ ਮਰ ਜੇ। ਬਣ ਗਿਆ ਕੰਮ ਮੇਰਾ ਤਾਂ, ਲੈ ਇਹ ਤਾਂ ਪਈ ਗਈ ਹੁਣ ਮੰਜੇ ਚ। 5-7 ਲੱਖ ਵੀ ਨਾ ਤਾਂ ਖੜਾ ਛੁੱਟਣਾ ਹੀ ਨਹੀਂ ਇਹਦਾ। ਪਹਿਲਾਂ ਬਥੇਰਾ ਘਰ ਲਾਤਾ ਡਾਕਟਰਾਂ ਨੇ, ਲਾਲ ਲੱਡੂਆਂ ਦਾ ਢਾਲਾ। ਇੱਕ ਇੱਧਰ ਤੈਨੂੰ ਕੱਲ ਨੂੰ ਫਿਰ ਪਤਾ ਲੱਗੂਗਾ ਇਹਨੂੰ ਸੌਕਣ ਨੂੰ ਮੇਰੀ ਨੂੰ ਮਾਰਦੀ ਸੀ ਗੱਲਾਂ ਨਾ। ਜੇ ਸਾਡਾ ਕੰਮ ਠੱਪ ਹੋ ਗਿਆ ਤੈਨੂੰ ਇਹ ਹੋ ਗਿਆ, ਵਧੀਆ ਚੱਬ ਚੱਬ ਗੱਲਾਂ ਕਰੇ ਅਰਕਾਨ ਵੱਡੀ। ਧਿਆਨ ਰੱਖਿਓ, ਜੇ ਲੋੜ ਹੋਈ ਬਾਜ ਮਾਰ ਦਿਓ। ਚੰਗਾ ਬਾਬੀ ਚੰਗਾ। ਸ਼ੁਕਰ ਗਿਆ ਕੰਮ ਨਿਬੜ ਗਿਆ। ਬਾਬਾ ਕਹਿੰਦਾ ਸੀ ਫੇਸ ਚ ਸਿਰੇ ਚੜੂ ਕੰਮ ਵੀ ਕੋਈ ਦੇਖੇ ਨਾ, ਮੈਨੂੰ ਤਾਂ ਦੇਖਿਆ ਵੀ ਨੀ ਕਿਸੇ ਨੇ। ਤੂੰ ਕਿਵੇਂ ਘਾਬਰੀ ਜੇ ਫਿਰਦੀ ਆ? ਘਾਬਰੀ ਨਹੀਂ, ਮੈਂ ਬਾਬੇ ਭਮੀਰ ਗਾਣੇ ਦੇ ਨਹੀਂ ਸੀ ਗਈ ਅੱਜ। ਹਾਂ ਤੇ ਸੱਚ ਕੀ ਬਣਿਆ? ਹੋ ਗਿਆ ਕੰਮ। ਬਾਬਾ ਕਹਿੰਦਾ ਪਾਰ ਤਾਰੇ ਹੁੰਦੇ ਫਿਰਨਗੇ ਤੁਹਾਡੇ ਪਾਰ ਤਾਰੇ। ਅੱਛਾ ਤੂੰ ਲੱਡੂ ਦਿੱਤੇ ਸੀ ਬਾਬੇ ਨੇ ਲਾਲ ਰੰਗ ਦੇ, ਕਹਿੰਦਾ ਸੀ ਸ਼ਰੀਕਾ ਦੇ ਬਾਰ ਚ ਰੱਖ ਦਿਓ। ਅੱਛਾ ਕੋਈ ਦੇਖੇ ਨਾ। ਮੈਂ ਤਾਂ ਬਾਬੇ ਨੂੰ ਪੈਰੀ ਹੱਥ ਲਾ ਕੇ ਗੋਡੇ ਗਿੱਟੇ ਘੁੱਟ ਕੇ ਬਾਬੇ ਦੇ, ਬਾਬੇ ਨੂੰ ਮੈਂ ਇਹ ਕਿਹਾ ਵੀ ਬਾਬਾ ਪੂਰਾ 55,000 ਦਊ ਤੈਨੂੰ ਵੀ ਬਿਠਾ ਦੇ ਬੇੜਾ ਇਹਨਾਂ ਨਾ। ਕਣ ਚੱਕ ਲਏ ਸੀ ਬਾਬੇ ਨੇ ਆਪਣੇ? ਆ ਕੀ ਪੁੱਛਦਾ ਤੂੰ, ਬਾਬੇ ਨੇ ਤਾਂ ਆਪਣੀ ਅੰਗਲੀ ਸੰਗਲੀ ਸਾਰੀ ਫਰੋਲਤੀ। ਬਾਬੇ ਨੇ ਤਾਂ ਵੀ ਦੱਸਦਾ, ਕਹਿੰਦਾ ਤੂੰ ਮੰਜੇ ਚ ਪੈ ਗਈ ਸੀ ਜਮੀ ਹੈ, ਤੇ ਫੇਰ ਬਾਬੇ ਨੇ ਤਾਂ ਤੀਰ ਨਿਸ਼ਾਨੇ ਤੇ ਮਾਰਿਆ, ਕਹਿੰਦਾ ਇਹ ਕਰਦੇ ਆ ਸਾਰਾ ਕੁਛ ਤੁਹਾਡੇ ਤੋਂ ਸੜਦੇ ਨੇ। ਕਹਿੰਦਾ ਦੇਖ, ਕਹਿੰਦਾ ਹੁਣ ਕਰ ਕਰਾ ਕੇ ਹਨਾ ਇਹਨਾਂ ਨੇ ਸਿਆਣਿਆਂ ਤੋਂ ਆਪਣੇ ਵੱਲ ਸਾਰੀ ਬਿਮਾਰੀ ਠਮਾਰੀ ਨੰਗ ਪੁਣ ਆਪਣੇ ਵੱਲ ਸੁੱਟਤਾ ਇਹਨਾਂ ਨੇ ਕੀਤਾ। ਬਾਬਾ ਕਹਿੰਦਾ ਮੈਂ ਤਾਂ ਮੰਜੇ ਚ ਮੂਤਣ ਲਾ ਦੂੰ ਇਹਨਾਂ ਨੂੰ। ਮੰਜੇ ਚ ਪੈਂਦੇ ਸੀ ਦੌਰੇ, ਹਜ਼ਾਰ ਕੀ ਆਈ ਸੀ ਹਲੇ ਦੌਰੇ ਪੈਂਦੇ ਫਿਰਦੇ ਸੀ ਉਹਦੀ ਬਹੂ ਦੇ। ਹੁਣ ਪਤਾ ਲੱਗੂਗਾ ਵੀ ਕਿਵੇਂ ਜਾੜੀਦਾ ਦੂਜਿਆਂ ਨੂੰ। ਨਾਲੇ ਭਮੀਰ ਵਾਲੇ ਬਾਬੇ ਚ ਤਾਂ ਇੰਨੀ ਸ਼ਕਤੀ ਹੈਗੀ, ਇੰਨੀ ਸ਼ਕਤੀ ਜੈ ਬਾਬੇ ਭਮੀਰ ਵਾਲੇ ਦੀ, ਸੰਗਤ ਲੈਣੋ ਪਾਰ। ਲੰਗਰ ਪਤਾ ਕਾਹਦੇ ਕਾਹਦੇ ਸੀ? ਪੂਰੀਆਂ ਛੋਲੇ, ਗੁਲਾਬ ਜਾਮਣਾ, ਲੱਡੂ,
ਸੂਜੀ ਦਾ ਪ੍ਰਸ਼ਾਦ, ਪੂੜੇ, ਖੀਰ। ਮੈਂ ਤਾਂ ਇਹ ਸੋਚੀ ਜਾਵਾਂ ਕੀ ਖਾਵਾਂ ਕੀ ਛੱਡਾਂ। ਮੇਰੇ ਸਾਲੇ ਦੇ ਚਾਰ ਚਾਰ ਇੰਚ ਤਾਂ ਢਿੱਡ ਕਰਕੇ ਆ ਗਈ। ਇਹ ਆਏ ਨੀ, ਉਹ ਤਾਂ ਬਾਬੇ ਦਾ ਭੋਗ ਹੁੰਦਾ ਪਰ ਖਾਣਾ ਹੀ ਹੁੰਦਾ ਗਾ। ਬਾਬਾ ਕਹਿੰਦਾ ਵੀ ਜਿਹੜੀ ਚੀਜ਼ ਤੁਹਾਡੇ ਤੋਂ ਖਾਧੀ ਜਾਂਦੀ ਹੈ ਖਾ ਲਓ, ਫਿਰ ਛੱਡਣੀ ਗਾ ਤੂੰ ਫ੍ਰੀ ਦੀ। ਮੇਰੀ ਗੱਲ ਸੁਣ। ਉਹ ਚੱਲ ਉਹ ਤਾਂ ਗੱਲ ਛੱਡ, ਤੂੰ ਮੈਨੂੰ ਐਂ ਦੱਸ ਵੀ ਇਹਨਾਂ ਦਾ ਕੰਮ ਤਾਂ ਠੱਪ ਹੋ ਜੂ ਨਾ, ਆਪਣਾ ਕੰਮ ਚੱਲ ਪੂ ਵਧੀਆ ਹੋ ਜਾਣਗੇ ਬਾਰੇ ਨਿਆਰੇ। ਪਹਿਲਾਂ ਨੂੰ ਕੰਮ ਚੱਲਣਾ ਚਾਹੀਦਾ, ਆਪਣਾ ਗੱਲ ਕਰ ਲੈਣੀ ਸੀ। ਲੈ ਕੰਮ ਕੀ? ਬਾਬਾ ਕਹਿੰਦਾ ਇੱਕ ਤਾਂ ਪੱਥਰ ਤੇ ਲਕੀਰ ਹੁੰਦੀ ਹੈ, ਮੇਰੀ ਤਾਂ ਨਾ ਕਹਿੰਦਾ ਲੋਹੇ ਤੇ ਲਕੀਰ ਆ ਗਈ। ਬਾਬਾ ਕਹਿੰਦਾ ਸਾਰੇ ਬਾਰੇ ਨਿਆਰੇ ਹੋ ਜਾਣਗੇ, ਤੁਹਾਡਾ ਕੰਮ ਚੱਲ ਪੂ ਤੇ ਉਹਨਾਂ ਦਾ ਠੱਪ ਹੋਜੂ। ਤੇ ਰੰਗ ਦਿਖਾ ਵੀ ਦਿੱਤੇ ਬਾਬੇ ਨੇ। ਰੰਗ? ਰੰਗ ਕਿਹੜੇ ਦਿਖਾਤੇ ਬਾਬੇ ਨੇ? ਨਿਕਲੀ ਸੀ ਅੰਦਰੋਂ ਪਿੱਟਣ ਨਾਲ ਰੋਂਦੀ ਫਿਰਦੀ ਸੀ, ਚੰਨੀ ਚੱਕਦਾ ਫਿਰਦਾ ਸੀ, ਪੈਣ ਲੱਗ ਗਏ ਦੌਰੇ। ਉਹ ਤਾਂ ਹੁਣ ਪਹਿਲਾਂ ਵਾਂਗੂ ਪੱਕੂਗੀ, ਮੰਜੇ ਚ ਪਊਗੀ, ਲੱਗਣਗੇ ਪੈਸੇ। ਦਿਖਾ ਦੇ ਭਮੀਰ ਵਾਲੇ ਬਾਬੇ ਨੇ ਰੰਗ। ਵੈਰੀ ਗੁੱਡ, ਇਹਨਾਂ ਦੀ ਭਮੀਰੀ ਘੁਮਾਤੀ ਬਾਬੇ ਨੇ ਹੁਣ। ਚਾਲ ਬਾਜ ਤਾਂ ਤੂੰ ਪੂਰੀ ਆ, ਮੈਨੂੰ ਪਤਾ ਸੀ। ਮੇਰੀ ਗੱਲ ਤੂੰ ਹੀ ਕਹਿੰਦਾ ਸੀਗਾ ਬਾਬੇ ਦੇ ਨਾ ਜਾ ਨਾ ਜਾ। ਦੇਖਿਆ ਮੇਰੀ ਗੱਲ ਸੁਣ, ਪਿੰਡ ਦੇ ਡਾਕਟਰ ਤੋਂ ਤਾਂ ਉਹ ਸੂਦ ਨਹੀਂ ਆਉਣੀ ਗੀ, ਹੈਂ ਲਿਜਾਣਾ ਪਊ ਉਹਨੂੰ ਬਠਿੰਡੇ ਬਠੁੰਡੇ। ਬਠਿੰਡੇ ਬਠੁੰਡੇ ਤੈਨੂੰ ਪਤਾ ਹੀ ਆ, ਇੱਕ ਵਾਰੀ ਜਦੋਂ ਬੰਦਾ ਹੌਸਪੀਟਲ ਚ ਵੜ ਗਿਆ ਬਸ, ਹੁਣ ਇਹ ਤਾਂ ਨੀ ਹੈਗਾ ਵੀ ਸਿੱਧਾ ਨੁਕਸਾਨ ਹੋ ਜੂਗਾ, ਆਈ ਲੱਗ ਜਾਂਦੇ ਬਿਮਾਰੀਆਂ ਠਾਰੀਆਂ ਰਾਹੀ। ਇਹ ਤਾਂ ਗੱਲ ਹੈਗੀ ਆ, ਇਹ ਤਾਂ ਗੱਲ ਤੇਰੀ ਮੈਂ ਮੰਨਦਾ। ਥੱਕ ਗਈ ਯਾਰ ਤੂੰ, ਨਾਲੇ ਇੱਕ ਗੱਲ ਉਹ ਕਹਿ ਦੇ ਉਹਨੂੰ ਵੀ 51,000 ਤਾਂ ਅਸੀਂ ਦੇ ਜਾਾਂਗੇ, ਠੀਕ ਆ ਨਾ, ਵੀ ਫਿਰ ਸਾਡਾ ਕੰਮ ਨਾ ਹੋਇਆ ਘੜੂ ਬਹੁਤ ਫਰਮਾ ਬਾਬੇ ਜੀ ਨੂੰ। ਸ਼ੁਭ ਸ਼ੁਭ ਬੋਲ ਪਾ ਘੜੂ ਘੜੂ, ਮੀਰ ਵਾਲੇ ਬਾਬੇ ਜੀ ਸ਼ਕਤੀ ਬਹੁਤ ਆ, ਹੋਰ ਨਾ ਤੇਰੀ ਤਾਲੂਏ ਨੇ ਜਵਾਨ ਲਾ ਦੇ, ਮਾਰਦਾ ਗੱਲਾਂ, ਲੱਤਾਂ ਤੋੜੂ ਇਹ ਬਾਬੇ ਦੀਆਂ। ਤੇ ਆਪਣੇ ਤੋੜ ਕੇ ਮੰਜੇ ਚ ਬਾਹਰ ਦਾ ਪਤਾ ਕਿੰਨੀ ਸ਼ਕਤੀ ਹੈਗੀ, ਜਿਹੜਾ ਬਾਬਾ 5 ਮਿੰਟਾਂ ਚ ਘੁਮਾ ਸਕਦਾ ਉਹਨਾਂ ਨੂੰ, ਤੇ ਆਪਣਾ ਪਤਾ ਨੀ ਕੀ ਹਾਲ ਕਰੂਗਾ। ਚੱਲ ਕੋਈ ਨਾ, ਮੈਂ ਵੀ ਵਾਲੇ ਬਾਬੇ ਨੂੰ ਕੁਛ ਬੋਲ ਬੈਠੀ। ਚੱਲ ਕੋਈ ਨਾ, ਲੱਗ ਗਿਆ ਮੈਂ ਤੇਰੇ ਮਗਰਾਂ, ਹੁਣ ਚਾਹ ਪਾਣੀ ਬਣਾ ਲਾ ਘੁੱਟ। ਮੈਂ ਤਾਂ 10 ਮਿੰਟ ਆਰਾਮ ਕਰਦੀ ਹੈਗੀ, ਮੈਂ ਤਾਂ ਥੱਕ ਗਈ, ਮੈਂ ਤਾਂ ਰੱਜੀ ਹੋਈ ਹੈਗੀ, ਖਾਣਾ ਤਾਂ ਕੁਛ ਬਣਾ ਕੇ ਖਾ ਲਾ। ਹਾਏ ਹਾਏ, ਜੈ ਬਾਬੇ ਭਮੀਰ ਵਾਲੇ ਦੀ। ਲਰੀਤ ਫਿਕਰ ਕਿਉਂ ਕਰਦੀ ਹੈ ਤੂੰ? ਫਿਕਰ ਕਿਵੇਂ ਨਾ ਕਰਾਂ, ਇੱਕ ਮੇਰਾ ਭਰਾ ਵੀ ਹੈ ਨੀ, ਤੇ ਉੱਤੋਂ ਉਹ ਪਤਾ ਨੀ ਕਿਹੜਾ ਕਲਮ ਹਟਾਉਣੇ ਕਰੀ ਜਾਂਦਾ ਹੈ। ਉਹ ਇਹਨਾਂ ਨਾਲ ਕੁਛ ਨਹੀਂ ਹੁੰਦਾ ਹੁੰਦਾ, ਤੂੰ ਫਿਕਰ ਨਾ ਕਰ, ਤੂੰ ਨਾ ਟੈਨਸ਼ਨ ਲਾ, ਮੈਂ ਹੈਗਾ ਨਾ, ਜਿਵੇਂ ਪਰਮਾਤਮਾ ਪਹਿਲਾਂ ਕੰਮ ਸਹੀ ਕੀਤਾ ਨਾ ਐਵੇਂ ਕਰੂਗਾ, ਆਪਾਂ ਕਿਸੇ ਦਾ ਮਾੜਾ ਨੀ ਕਰਦੇ, ਤੇ ਆਪਾਂ ਦਾ ਕਿਵੇਂ ਮਾੜਾ ਹੋਜੂਗਾ। ਬਸ ਤੂੰ ਫਿਕਰ ਨਾ ਕਰ, ਤੂੰ ਦਿਮਾਗ ਤੇ ਗੱਲ ਨਾ ਲਿਆ, ਜੇ ਤੂੰ ਗੱਲ ਲਿਆਏਂਗੀ ਨਾ ਤੇਰੀ, ਤੈਨੂੰ ਪਤਾ ਨਸ ਪਹਿਲਾਂ ਉਹ ਹੁੰਦੀ ਆ, ਤੈਨੂੰ ਪਤਾ ਹੀ ਆ ਨਾਮ ਤੋਂ ਲਾਉਜ ਕਹਾ, ਤੂੰ ਫਿਕਰ ਨਾ ਕਰ। ਜੇ ਮੇਰਾ ਵੀਰਾ ਹੁੰਦਾ ਨਾ ਅੱਜ, ਮੈਨੂੰ ਵੀ ਉਹਨੇ ਹੌਂਸਲਾ ਦੇਣਾ ਸੀ, ਤੁਹਾਨੂੰ ਪਤਾ ਕੰਮੋਂ ਨਾ ਉਹਦੇ ਭਰਾ ਨੇ ਐਂ ਕਿਹਾ ਵੀ ਜਿੰਨੇ ਵੀ ਪੈਸੇ ਲੱਗਦੇ ਆ ਅਸੀਂ ਆਪੇ ਲਾਵਾਂਗੇ, ਤੂੰ ਸੋਚ ਨਾ ਕਰ। ਜੇ ਮੈਨੂੰ ਵੀ ਕੋਈ ਐਵੇਂ ਕਹਿਣ ਵਾਲਾ ਹੁੰਦਾ ਕਿੰਨਾ ਵਧੀਆ ਲੱਗਦਾ ਅੱਜ। ਉਹ ਯਾਰ ਕਰੀ ਜਾਂਦੇ, ਜਿਹੜਾ ਕਰਦੇ ਆ ਹਿੰਮਤ ਲਾ ਲੈਂਦੇ, ਆਪਾਂ ਦਾ ਮਾੜਾ ਨਹੀਂ ਹੁੰਦਾ, ਉਹ ਤਾਂ ਐਂ ਸੋਚਦੇ ਇਹਨਾਂ ਦਾ ਮਾੜਾ ਹੋ ਜੇ, ਪਰਮਾਤਮਾ ਕਿਵੇਂ ਮਾੜਾ ਕਰ ਦੂਗਾ ਆਪਾਂ ਦਾ। ਹੈਂ ਤੂੰ ਫਿਕਰ ਨਾ ਕਰ, ਤੂੰ ਆਰਾਮ ਕਰ 10 ਮਿੰਟ, ਚੰਗਾ ਸੌ ਜਾ। ਮੈਨੂੰ ਨੀਂਦ ਵੀ ਨਹੀਂ ਆਉਂਦੀ ਹੈਗੀ, ਕਿਵੇਂ ਸੌ ਜਾ, ਮੈਨੂੰ ਤਾਂ ਇਹੀ ਹੋਈ ਜਾਂਦਾ ਆਪਣੇ ਤੇ ਲੋਕ ਕਿਉਂ ਟੋਣੇ ਕਰੀ ਜਾਂਦੇ ਨੇ। ਤੂੰ ਪਰਮਾਤਮਾ ਦਾ ਨਾਮ ਜਪ, ਪਰਮਾਤਮਾ 5 ਮਿੰਟ ਵੀ ਨਾਮ ਜਪੇਗੀ ਤੈਨੂੰ ਨੀਂਦ ਆ ਜੂ ਆਪੇ। ਦੁੱਧ ਪਵਾ ਬਈ। ਲਾ ਦੁੱਧ ਲਾ ਗਿਆ ਬਾਈ, ਚਲ ਮੈਂ ਦੁੱਧ ਪਵਾ ਲਾ, ਚੰਗਾ ਚੰਗਾ, ਨਾਮ ਜਪ ਪਰਮਾਤਮਾ, ਚੰਗਾ। ਓਏ ਆ ਜਾਓ। ਆ ਗਏ, ਕੀ ਹਾਲ ਬਾਈ? ਠੀਕ ਆ, ਲੈ ਫੜਾ ਦੁੱਧ। ਅੱਜ ਕਿਵੇਂ ਹੈ ਭਾਬੀ? ਨਹੀਂ ਲੈਣਾ ਸੀ ਦੁੱਧ ਮੈਂ ਕਿਹਾ।
ਉਹ ਭਾਬੀ ਆ ਤੈਨੂੰ ਦੱਸ ਦਾਂ ਗੱਲ ਉਰੇ ਆਇਆ ਉਹ ਦੇਖ ਲੱਡੂ ਹੀ ਰੱਖੀ ਪਏ ਨੋਰੇ ਉਰੇ ਹੋਇਆ ਤੂੰ ਦੂਰ ਰਹਿ ਦੂਰ ਰਹਿ ਇਹਨਾਂ ਝੋਕੀ ਗੱਲ ਹੋ ਗਈ ਨੀ ਰੱਖੀ ਉਰੇ ਆਇਆ ਤੈਨੂੰ ਦੱਸ ਦਾਂ ਮੈਂ ਓਹੋ ਨਾ ਉਹ ਗੇੜਾ ਗੂੜਾ ਤਾਂ ਵਧੀਆ ਆ ਜਾਂਦਾ ਹੋਊਗਾ ਉਹ ਗੇੜਾ ਤਾਂ ਵਧੀਆ ਆਇਆ ਤਾ ਸੁੱਖ ਸ਼ਾਂਤੀ ਨਾਲ ਗੇੜਾ ਮੈਂ ਲਾ ਵੀ ਆਇਆ ਠੀਕ ਹੈ ਜਦੋਂ ਮੈਂ ਘਰੇ ਆਇਆ ਵਾਪਸ ਉਹ ਦੇਖੇ ਇਹ ਲੱਡੂ ਪਏ ਹੋਏ ਮੈਂ ਤੇਰੀ ਭਾਬੀ ਨੇ ਰੱਖੇ ਹੋਣਗੇ ਤੂੰ ਲੱਡੂ ਵੰਡੇ ਸੀ ਪਰਸ ਚੌਥੇ ਆਪਾਂ ਮੈਂ ਪੁੱਛਿਆ ਭਾਬੀ ਤੇਰੀ ਨੂੰ ਮੈਂ ਲੱਡੂ ਤੂੰ ਰੱਖਿਆ ਕੋਈ ਲੱਡੂ ਮੈਂ ਤੇਰੀ ਰੱਖੇ ਤੇ ਕਹਿੰਦੇ ਚੱਕ ਲਿਆ ਜਦੋਂ ਮੈਂ ਦਿਖਾਉਣ ਗਿਆ ਉਦੋਂ ਲੱਡੂ ਦੇਖੇ ਉਹ ਕਹਿੰਦੀ ਲੈ ਆਪਣਾ ਕੰਮ ਫੇਰ ਬੰਦ ਹੋਊਗਾ ਉਹ ਦੇਖ ਕੇ ਉਹਨੂੰ ਘਬਰਾਹਟ ਹੋ ਗਈ ਪਹਿਲੇ ਤੈਨੂੰ ਪਤਾ ਕੋਈ ਨਸ ਕਹੀ ਦਿਮਾਗ ਉਹ ਫੁੱਲਦੀ ਸਹੀ ਗੱਲ ਹੈ ਇਹ ਤਾਂ ਗੱਲ ਹੈ ਉਹ ਪਹਿਲਾਂ ਮਸਾਂ ਟਿਕਾਈ ਹੈ ਤੇ ਡਾਕਟਰ ਨੇ ਉਹਦਾ ਲੱਖਾਂ ਰੁਪਏ ਲਾ ਗਏ ਤੇ ਹੁਣ ਫੇਰ ਉਹ ਟੈਨਸ਼ਨ ਲਈ ਜਾਂਦੀ ਹੈ ਵੀ ਮੇਰਾ ਭਰਾ ਹੈ ਨਹੀਂ ਐਂ ਜੇ ਮੇਰਾ ਭਰਾ ਹੁੰਦਾ ਤਾਂ ਮੇਰਾ ਠੀਕ ਠਾਕ ਕਰ ਲੈਂਦਾ ਉਹ ਵੀ ਗੱਲ ਆਏ ਆ ਸੱਚ ਤੈਨੂੰ ਦੱਸਦਾ ਉਹਨੇ ਪਛਾਣ ਨਹੀਂ ਕਿੰਨੀ ਗੱਡੀ ਦਾ ਐਕਸੀਡੈਂਟ ਹੋ ਗਿਆ ਸੀ ਹੋਰ ਯਾਰ ਉਹਨਾਂ ਦਾ ਵੀ ਮਾੜਾ ਹੋਇਆ ਉਹ ਮਾਰ ਬੰਦਾ ਬੰਦਾ ਮਰ ਗਿਆ ਨਾ ਤੂੰ ਹੀ ਹੈ ਨਾ ਕਹੇ ਤੇ ਹੋਰ ਮਾਰ ਦੇ ਮਾਰੀ ਤੇ ਆਇਆ ਮੈਂ ਜਾ ਕੇ ਪਤਾ ਲਿਆ ਚੱਲ ਯਾਰ ਮੈਂ ਸ਼ਾਮ ਨੂੰ ਆ ਕੇ ਪਤਾ ਲਾਉਂਗਾ ਪਰ ਜਦੋਂ ਉਹਦੇ ਕੋਲ ਵੱਗ ਗਈ ਤੇ ਉਹ ਕਿਹੜੀ ਕੰਮੋ ਆ ਉਹ ਟੌਂਟ ਮਾਰਨ ਲੱਗ ਗਈ ਵੀ ਤੇਰਾ ਭਰਾ ਤੇ ਹੈ ਨੀ ਹੈ ਆ ਮੈਨੂੰ ਸੰਧਾਰਾ ਦੇਖ ਗਿਆ 7000 ਦਾ ਸੰਧਾਰਾ ਦੇਖ ਗਿਆ 10000 ਦਾ ਸੰਧਾਰਾ ਇੰਨੇ ਕੱਪੜੇ ਪਰ ਤੇਰਾ ਭਰਾ ਤੇ ਹੈ ਨੀ ਹੈ ਤੈਨੂੰ ਕਿਵੇਂ ਸੰਧਾਰਾ ਦੇ ਕੇ ਜਾਓ ਜਿਹੜਾ ਮੇਰਾ ਭਰਾ ਆ ਨਾ ਮੈਂ ਤੇ ਕਹਿੰਦਾ ਫਿਕਰ ਕਰਨ ਦੀ ਲੋੜ ਨੀ ਮੈਂ ਹੈਗਾ ਜਿੰਨੇ ਪੈਸੇ ਤੁਹਾਡੇ ਲੱਗੇ ਮੈਂ ਲਾਊਂਗਾ ਬਸ ਉਹ ਆਈ ਟੈਨਸ਼ਨ ਲਈ ਬੈਠੀ ਆ ਬਸ ਐਂ ਕਰੀ ਜਾਂਦੀ ਆ ਮੇਰਾ ਭਰਾ ਹੈ ਨੀ ਜੇ ਮੇਰਾ ਭਰਾ ਹੁੰਦਾ ਮੇਰੇ ਤੇ ਪੈਸੇ ਲਾ ਆਉਂਦਾ ਸੰਧਾਰਾ ਲੈ ਕੇ ਆਉਂਦਾ ਐਂ ਕਰਦਾ ਹੁਣ ਤਾਂ ਟੈਨਸ਼ਨ ਲਈ ਬੈਠੀ ਆ ਉਹ ਚਨਾਇਆ ਲੋਕਾਂ ਦਾ ਪਤਾ ਨਾ ਮੈਂ ਕੀ ਮਾੜਾ ਕੀਤਾ ਹੈ ਅੱਛਾ ਵੀ ਤੇਰੇ ਕਹਿਣ ਦਾ ਮਤਲਬ ਵੀ ਭਾਬੀ ਨੂੰ ਹੁਣ ਐਂ ਟੈਨਸ਼ਨ ਆ ਵੀ ਕੋਈ ਸੰਧਾਰਾ ਲੈ ਕੇ ਆਉਣ ਵਾਲਾ ਭਰਾ ਨਹੀਂ ਹੈਗਾ ਹੋਰ ਇੱਕ ਤਾਂ ਭਰਾ ਹੈ ਨਹੀਂ ਇੱਕ ਐਂ ਟੈਨਸ਼ਨ ਲਈ ਬੈਠੀ ਹੈ ਵੀ ਪਹਿਲਾਂ ਉਹ ਸਾਨੂੰ ਗਰੀਬੀ ਆਊ ਕੋਈ ਗਰੀਬੀ 6-7 ਮਹੀਨੇ ਕੱਢੇ ਗਰੀਬੀ ਜੇ ਸਾਨੂੰ ਪਤਾ ਬੁਰਾ ਹਾਲ ਹੋ ਗਿਆ ਮੰਗ ਪੈਸੇ ਤੇ ਉਧਾਰੇ ਲੈਤੇ ਲੈ ਕੇ ਟਾਈਮ ਪਾਸ ਕੀਤਾ ਉਹਨੂੰ ਫਿਰ ਆਹੀ ਰਹੀ ਚੜ ਗਈ ਮੇਰੇ ਸਪੇਅਰ ਗਰੀਬ ਆਵਾਂਗੇ ਸਾਡੀ ਗੱਡੀ ਦਾ ਨੁਕਸਾਨ ਹੋਊਗਾ ਐਂ ਸੋਚੀ ਜਾਂਦੀ ਬਸ ਐਂ ਮੰਜੇ ਤੇ ਪੈ ਗਈ ਹੁਣ ਮੈਨੂੰ ਲੱਗਦਾ ਡਾਕਟਰ ਕੋਲ ਜਾਣਾ ਪਊਗਾ ਘੱਟੋ ਘੱਟ ਹੁਣ ਆਪਰੇਸ਼ਨ ਕਰਾਉਣਾ ਪਊਗਾ ਜਿੰਨਾ ਚਿਰ ਉਹਦੀ ਟੈਨਸ਼ਨ ਨਹੀਂ ਦੂਰ ਹੋਈ ਜੇ ਟੈਨਸ਼ਨ ਦੂਰ ਹੋ ਗਈ ਫਿਰ ਸਾਰਾ ਕੁਝ ਸੈੱਟ ਹੋ ਜੂਗਾ ਕੰਮ ਚੱਲ ਮੈਂ ਤਾਂ ਕਹਿਣਾ ਕਾਹਨੂੰ ਆਪਰੇਸ਼ਨ ਆਪਰੂਸ਼ਨ ਤੇ ਲੱਭ ਗੱਲ ਲੈ ਜਾਵੇ ਯਾਰ ਤੇ ਰਹੀ ਗੱਲ ਚੰਨੀ ਇਹਦੀ ਚੱਲ ਭਰਾ ਵਾਲੀ ਉਹ ਤਾਂ ਹਨਾ ਰੱਬ ਦੇ ਰੰਗ ਨੇ ਹੁਣ ਆਪ ਤਾਂ ਤੇ ਇੱਕ ਗੱਲ ਹੋਰ ਆ ਯਾਰ ਹੁਣ ਠੀਕ ਆ ਭਾਬੀ ਹੁਣ ਤਾਂ ਠੀਕ ਆ ਬਸ ਨਾ ਠੀਕ ਬਰ ਗਿਆ ਮਾਂ ਕਹੇ ਮੈਨੂੰ ਨੀਂਦ ਵੀ ਨਹੀਂ ਆਉਂਦੀ ਜੇ ਨੀਂਦ ਆ ਜਾਏ ਉਹਨੂੰ ਯਾਰ ਫਿਰ ਠੀਕ ਯਾਰ ਇੱਕ ਤਾਂ ਵਹਿਮ ਬੜਾ ਕਰਦੇ ਤੂੰ ਆਪ ਦੱਸ ਮੈਨੂੰ 10 ਰੁਪਏ ਦੇ ਲੱਡੂ ਲੱਖਾਂ ਦੇ ਕਾਰੋਬਾਰ 'ਚ ਵਾਧਾ ਲਾ ਸਕਦੇ ਨੇ ਤੂੰ ਆਪ ਦੱਸ ਉਹ ਲਾ ਤਾਂ ਨਹੀਂ ਸਕਦੇ ਹੁਣ ਕੀ ਹੁਣ ਉਹਦਾ ਪਰਮਾਤਮਾ ਨੂੰ ਪਤਾ ਯਾਰ ਆਪਾਂ ਨੂੰ ਪਤਾ ਹੁੰਦਾ ਫਿਰ ਤਾਂ ਦੱਸ ਹੀ ਦਿੰਦੇ ਯਾਰ ਉਹ ਤਾਂ ਪਰਮਾਤਮਾ ਨੂੰ ਪਤਾ ਆਪਾਂ ਕਿਸੇ ਦਾ ਮਾੜਾ ਕਰਦੇ ਨਹੀਂ ਸਾਡਾ ਰੱਬ ਮਾੜਾ ਨਹੀਂ ਕਰਦਾ ਮੈਨੂੰ ਦੱਸਿਆ ਨਾਲ ਮੈਂ ਚੱਲ ਠੀਕ ਹੈ ਕੋਈ ਚਾਹ ਪੀਣੀ ਆ ਚਾਹ ਤਾਂ ਬਸ ਯਾਰ ਮੈਂ ਚੱਲ ਲਾਂਗਾ ਹੋਰ ਭਰਾਵਾ ਫਿਰ ਔਖਾ ਕੰਮ ਇੱਕ ਤਾਂ ਯਾਰ ਮੇਰੀ ਗੱਲ ਸੁਣ ਇੱਕ ਸਣੀ ਉਹਦੀ ਘਰ ਵਾਲੀ ਹੈਗੀ ਤਾਂ ਉਹ ਬੇਕਾਰੀ ਜੀ ਹੈਗੀ ਪਿਛਲੀ ਵਾਰ ਦੀਵਾਲੀ ਤੇ 10 ਕਿਲੋ ਦੁੱਧ ਲੈ ਲਿਆ ਹਾਂ ਤੇ ਅਗਲੇ ਦਿਨ ਪੈਸੇ ਦੇਣੇ ਬੇੜਾ ਕਹੇ ਪੈਸੇ ਅੱਧੇ ਘੱਟ ਦੇ ਕਹਿੰਦੀ ਮੈਂ ਕਿਉਂ ਕਹਿੰਦੀ ਜੋ ਖੋਆ ਤਾਂ ਕਿਲੋ ਵੀ ਨਿਕਲ ਲੈ ਕਰ ਲਾ ਗੱਲ ਹਾਂ ਖੋਆ 10 ਕਿਲੋ ਵੀ ਨਿਕਲੂਗਾ ਬਸ ਦਿਮਾਗ ਹੀ ਨਹੀਂ ਹੈਗਾ ਘਾ ਚਰਨ ਗਏ ਹੋਇਆ ਚੱਲ ਠੀਕ ਹੈ ਚੰਗਾ ਯਾਰ ਚੱਲ ਮੈਂ ਚੱਲਦਾ ਫਿਰ ਚੰਗਾ ਚੱਲ ਠੀਕ ਹੈ ਚੱਲ ਯਾਰ ਚਾਹ ਬਣਾ ਕੇ ਦਿੰਦਾ ਕਿ ਵੀ ਸੈੱਟ ਹੋ ਜੇ ਰੇਤ ਤੂੰ ਫਿਕਰ ਨਾ ਕਰ ਯਾਰ ਜੇ ਤੂੰ ਐਂ ਪਈ ਰਹੀ ਬੇਟੇ ਤੇ ਮੇਰਾ ਵੀ ਇੱਦਾਂ ਦਿਲ ਘੱਟਦਾ ਯਾਰ ਤੈਨੂੰ ਪਤਾ ਆਪਾਂ ਨੇ ਪਹਿਲਾਂ ਹੀ ਬੜੀਆਂ ਮਜਬੂਰੀਆਂ ਪਈਆਂ ਆਈਆਂ ਤਾਂ ਮੈਂ ਹੌਸਲਾ ਇੰਨਾ ਦੇਈ ਇੰਨਾ ਤੂੰ ਫੇਰ ਵੀ ਨਹੀਂ ਸਮਝ ਰਹੀ ਇੱਕੋ ਗੱਲ ਨੂੰ ਰਟੀ ਜਾਂਦੀ ਮੇਰਾ ਭਰਾ ਹੈ ਨਹੀਂ ਭਰਾ ਹੈ ਨਹੀਂ ਚੰਨੀ ਆ ਲੱਕੀ ਨੰਗਿਆ ਆ ਗਿਆ ਆ ਨੰਗਿਆ ਲੱਕੀ ਆ ਗਿਆ ਓਹੋ ਬੜਾ ਵਜਨਾ
ਆ ਲੈ ਬਈ ਚੰਨੀ। ਇਹ ਕੀ ਚੱਕੀ ਫਿਰਦਾ? ਹੋਰ ਭਾਬੀ ਲੈ, ਐਡੀ ਨਿੱਕੀ ਜਿਹੀ ਗੱਲ ਪਿੱਛੇ ਮੂੰਹ ਬਣਾ ਰੱਖਿਆ ਸੀਗਾ। ਬਸ ਭਾਬੀ ਹੁਣ ਤਾਂ ਖੁਸ਼ ਹੈ? ਦੇਖ ਚੰਨੀ ਮੇਰੀ ਗੱਲ ਸੁਣ, ਤੇਰੇ ਮਨ ਦੇ ਵਿੱਚ ਕੀ ਆ ਮੈਨੂੰ ਇਹ ਗੱਲ ਦਾ ਪਤਾ ਨਹੀਂ ਹੈਗਾ, ਠੀਕ ਹੈ? ਅਤੇ ਰਹੀ ਗੱਲ ਭਾਬੀ ਦੀ, ਹੁਣ ਇਹ ਉਦਾਸ ਰਹਿੰਦੀ ਆ, ਮੇਰੇ ਤਾਂ ਨਾ ਚਾਚੇ ਤਾਏ ਠੀਕ ਆ, ਨਾ ਕਿਤੇ ਗਾਂਹ ਰਿਸ਼ਤੇਦਾਰੀ 'ਚ ਕੋਈ ਭੈਣ ਨਹੀਂ ਹੈਗੀ, ਅਤੇ ਤਾਂ ਕਰਕੇ ਨਾ ਮੈਥੋਂ ਕਿਸੇ ਨੂੰ ਦੇਖਿਆ ਨਹੀਂ ਜਾਂਦਾ ਹੈਗਾ। ਲੋਕ ਚਾਹੇ ਮੈਨੂੰ ਬੇਸ਼ੱਕ ਉਹ ਕਹੀ ਜਾਣ, ਪਰ ਮੈਂ ਦਿਲ ਦਾ ਮਾੜਾ ਨਹੀਂ ਹੈਗਾ ਚੰਨੀ, ਤਾਂ ਕਰਕੇ ਨਾ ਆਹ ਵੀ ਹੁਣ ਜਿਹੜਾ ਲੋੜ ਆ ਮੈਂ ਪੂਰੀ ਕੀਤੀ ਆ। ਆਹ ਕਿਹਦਾ ਸਮਾਨ? ਮੈਂ ਸਮਝਿਆ ਨਹੀਂ ਗੱਲ ਤੇਰੀ। ਇਹ ਸਾਰਾ ਸਮਾਨ ਰੀਤ ਦਾ ਹੈ। ਤੂੰ ਮੈਨੂੰ ਕਿਹਾ ਸੀਗਾ ਨਾ ਵੀ ਭਾਬੀ ਦੁਖੀ ਹੈਗੀ, ਇਹਦੇ ਕੋਲ ਭਰਾ ਨਹੀਂ ਹੈਗਾ, ਅਤੇ ਮੈਥੋਂ ਇਹ ਦੁੱਖ ਦੇਖਿਆ ਨਹੀਂ ਗਿਆ ਚੰਨੀ। ਭੈਣ ਹੈ ਨੀ, ਸਮਝਿਆ ਨਹੀਂ ਗੱਲ। ਲੱਕੀ ਤੂੰ ਸਹੀ ਸਹੀ ਦੱਸ ਕੀ ਕਹਿਣਾ ਚਾਹੁੰਦਾ? ਦੇਖ ਚੰਨੀ, ਅੱਜ ਸਵੇਰੇ ਮੈਂ ਦੁੱਧ ਦੇਣ ਆਇਆ ਠੀਕ ਹੈ ਤੁਹਾਨੂੰ, ਹਾਂ ਹਾਂ, ਅਤੇ ਮੈਂ ਪੁੱਛਿਆ ਵੀ ਭਾਬੀ ਕਿੱਥੇ ਆ, ਤੂੰ ਕਹਿਣਾ ਵੀ ਗੁਆਂਢ 'ਚੋਂ ਲੜ ਕੇ ਆਈ ਆ, ਕੰਮੋਣੇ ਨੂੰ ਮਾਰੇ ਮਿਹਣੇ ਵੀ ਮੇਰੇ ਭਰਾ ਆਏ ਆ, ਮੇਰਾ ਭਰਾ ਆਏ ਆ, ਅਤੇ ਭਾਬੀ ਦੇ ਲੱਗੀ ਗੱਲਾਂ ਦਿਲ 'ਤੇ, ਹਾਂ ਮੇਰਾ ਕੋਈ ਭਰਾ ਨਹੀਂ ਹੈਗਾ, ਅਤੇ ਤੈਨੂੰ ਪਤਾ ਮੈਂ ਦੁਖੀ ਬੰਦੇ ਨੂੰ ਦੇਖ ਨਹੀਂ ਸਕਦਾ ਹੈਗਾ, ਤਾਂ ਕਰਕੇ ਮੈਂ ਭਾਬੀ ਦਾ ਭਰਾ ਬਣ ਕੇ ਆਇਆ। ਲੈ ਬਸ ਐਡੀ ਗੱਲ ਸੀ, ਮੈਂ ਤਾਂ ਹੀ ਹੋਰ ਸਰ ਕਿਹਾ ਸੀ, ਮੈਂ ਕਿਹਾ ਬਸ ਹੁਣ ਤਾਂ ਠੀਕ ਆ, ਸਾਰੀਆਂ ਗੱਲਾਂ ਪੂਰੀਆਂ ਨੇ। ਲੈ ਹੁਣ ਤੂੰ ਖੁਸ਼ ਆ? ਹਾਂ ਖੁਸ਼ ਤਾਂ ਹੈਗੀ ਆ, ਪਰ ਲੱਕੀ ਤੈਨੂੰ ਇਹ ਕੁਛ ਕਰਨ ਦੀ ਕੀ ਲੋੜ ਪੈ ਗਈ ਸੀ? ਲੈ ਤੇ ਨਾਲੇ ਉਹ ਕੰਮ ਮਿਹਣੇ ਮਾਰਦੀ ਸੀ ਨਾ ਭਾਬੀ ਨੂੰ ਵੀ ਤੇਰਾ ਭਰਾ ਨਹੀਂ ਹੈਗਾ, ਤੇਰੇ ਨਾਲ ਨਹੀਂ ਖੜਦਾ ਹੈਗਾ, ਅੱਜ ਤੋਂ ਬਾਅਦ ਭਾਬੀ ਨਾ ਹਵੇ ਦੇ ਥਾਂ ਤੇ ਉਹ ਭਰਾ ਬਣ ਕੇ ਮੈਂ ਖੜੂੰਗਾ। ਲੈ ਹੁਣ ਕਿਉਂ ਰੋਨੀ ਹੈ? ਹੁਣ ਤੂੰ, ਤੈਨੂੰ ਖੁਸ਼ ਹੋਣਾ ਚਾਹੀਦਾ। ਧੰਨਵਾਦ ਬਾਈ ਤੇਰਾ ਕਿ ਤੂੰ ਮੇਰੇ ਹਮੇਸ਼ਾ ਨਾਲ ਖੜੇਂਗਾ, ਨਹੀਂ ਤਾਂ ਨਾ ਸਾਰੀ ਉਮਰ ਮੈਨੂੰ ਇਹੀ ਕਮੀ ਮਹਿਸੂਸ ਹੁੰਦੀ ਰਹਿਣੀ ਸੀ ਕਿ ਮੇਰਾ ਕੋਈ ਭਰਾ ਨਹੀਂ ਹੈਗਾ। ਅੱਜ ਕੰਮੋ ਦਾ ਵੀ ਮੂੰਹ ਬੰਦ ਹੋ ਗਿਆ। ਕੰਮੋ ਦਾ ਕੀ? ਸਾਰਿਆਂ ਦੀ ਬੰਦ ਹੋ ਗਿਆ। ਅੱਜ ਕੱਲ ਜ਼ਿਆਦਾਤਰ ਲੋਕ ਨਾ ਹਰੇਕ ਕੁੜੀ ਨੂੰ ਗੱਲਾਂ ਸਮਝਦੇ ਵੀ ਤੇ ਖਰੇ ਕੋਈ ਭਰਾ ਨਹੀਂ ਹੈਗਾ ਵੀ ਜਾ ਹੋਆ, ਪਰ ਲੋਕਾਂ ਦੇ ਸਮਝਣ ਦੀ ਗੱਲ ਆ, ਜੇ ਕੋਈ ਸਮਝੇ ਨਾ ਅੱਜ ਦੇ ਟਾਈਮ ਦੇ ਵਿੱਚ ਹਰ ਕੁੜੀ ਉਹਦੀ ਭੈਣ ਹੀ ਹੈਗੀ, ਪਰ ਜੇ ਕੋਈ ਸਮਝੇ ਤਾਂ। ਹਾਂ ਇਹ ਤਾਂ ਹੈ। ਚੱਲ ਲੱਕੀ ਆ ਤਾਂ ਨਾ ਤੂੰ ਮੇਰਾ ਬੋਝ ਲਾਤਾ, ਲੈ ਇਹਨੇ ਨੂੰ ਠੀਕ ਹੋ ਜੂਗੀ, ਨਹੀਂ ਮੈਂ ਡਾਕਟਰਾਂ ਦੇ ਗੇੜੇ ਮਾਰ ਮਾਰ ਹੀ ਮਰ ਜਾਂਦਾ, ਇਹਨੂੰ ਕੁਛ ਹੋ ਜਾਂਦਾ ਤੇ ਫਿਰ ਮੈਂ ਤਾਂ ਮਰਿਆ ਹੀ ਪਿਆ ਸੀ। ਜੇ ਮੇਰਾ ਬਹੁਤ ਬਹੁਤ ਧੰਨਵਾਦ ਹੈ। ਜੇ ਮੇਰਾ 1,000 ਰੁਪਏ ਲੱਗਣ ਨਾਲ ਭਾਬੀ ਦਾ ਆਹ ਬਿਮਾਰੀ ਘਟਦੀ ਹੈਗੀ, ਇਹਦੇ 'ਚ ਮੇਰਾ ਕੀ ਜਾਂਦਾ ਸੀਗਾ, ਨਾਲੇ ਮੈਂ ਚੱਲਾਂਗਾ। ਨਾ ਨਾ ਜਾਂਦਾ ਕਿਉਂ, ਗੱਲ ਸੁਣਾ ਹੁਣ ਤੂੰ ਸਾਡੀ ਰਿਸ਼ਤੇਦਾਰੀ ਪੈ ਗਈ, ਤੂੰ ਬੈਠ ਚਾਹ ਬਣਾ ਕੇ ਲਿਆਉਂਦੀ ਹੈ ਕਾ, ਜਾ ਚਾਹ ਬਣਾ ਕੇ ਲਿਆ। ਮੇਰੀ ਗੱਲ ਸੁਣ ਚੰਨੀ, ਰੋ ਕਰੋ ਬਾਅਦ ਮੇਰੀ ਗੱਲ ਸੁਣ, ਤੂੰ ਜਾ ਚਾਹ ਚਾਹ। ਹਾਂ ਹੁਣ ਤੂੰ ਚਾਹ ਪੀ ਰਹੀ ਦੇ ਲੱਕੀ, ਤੇਰਾ ਬਹੁਤ ਬਹੁਤ ਧੰਨਵਾਦ। ਧੰਨਵਾਦ ਵਾਲੀ ਕੀ ਗੱਲ ਹੈ ਚੰਨੀ, ਬੋਲਾ ਨਾ ਹੋ ਚੁੱਪ ਕਰ, ਕਿਉਂ ਨਾ ਹੋ, ਸਾਰਾ ਕੁਝ ਦੁਨੀਆ ਇਹ ਮੇਰੀ ਆ, ਇਹਨੂੰ ਕੁਝ ਹੋ ਜਾਂਦਾ ਨਾ। ਤੇਰਾ ਬਹੁਤ ਬਹੁਤ ਧੰਨਵਾਦ ਲੱਕੀ ਆ। ਚੱਲ ਤੋਰਾ ਚੰਨੀ, ਰੋਣਾ ਦਿਲ ਨਾ ਹੌਲਾ ਕਰ, ਕਹਿੰਦੇ ਹੁੰਦੇ ਆਖਰ ਨੂੰ ਬੰਦੇ ਹੀ ਬੰਦੇ ਦੇ ਕੰਮ ਆਉਂਦਾ ਹੈ ਨਾ। ਹਾਂ ਤੇ ਕਿੱਡੀ ਗੱਲ ਹੈ, ਇਹਦਾ ਮੇਰਾ ਹੋਰ ਥੋੜ੍ਹਾ ਕੱਪੜ ਸੀਗਾ ਤੇਰੇ, ਮੇਰੇ ਜ਼ਿੰਦਗੀ ਦੇ ਆਸਾਨ ਬਹੁਤ ਆ, ਪਹਿਲਾਂ ਤੂੰ ਮੇਰੇ ਆਸਾਨ ਕਿੰਨੇ ਕੀਤੇ, ਆਸਾਨ ਕਰਕੇ ਤਾਂ ਬਹੁਤ ਵੱਡਾ ਪੁੰਨ ਖੱਟ ਲਿਆ, ਮੈਂ ਸਾਰੀ ਜ਼ਿੰਦਗੀ ਤੇਰਾ ਆਸਾਨ ਨਹੀਂ ਭੁੱਲੂੰਗਾ, ਜੇ ਮੇਰੀ ਜਾਨ ਮੰਗੀ ਨਾ ਜਾਨ ਵੀ ਆ ਜਾਵੇ ਤੇਰੇ। ਚੱਲ ਠੀਕ ਆ ਚੰਨੀ, ਫਿਰ ਮੈਨੂੰ ਯਾਰ ਹੁਣ ਚਾਹ ਪੀ ਕੇ ਜਾਣ ਦੇ, ਗਿਰਾਂ ਗਾਹਾਂ ਵੀ ਦੂਜਾ ਮੈਨੂੰ ਦੇਖ ਕੇ ਨਹੀਂ ਹੋਣਗੇ। ਨਾਲ ਇੱਕ ਗੱਲ ਹੋਰ, ਹੁਣ ਰਿਸ਼ਤੇਦਾਰੀ ਪੈ ਗਈ ਆ, ਆਉਣਾ ਸਮਝ, ਦੁੱਧ ਫ੍ਰੀ ਦੇ ਕੇ ਜਾਏਗਾ, ਪੈਸੇ ਦਿਆ ਕਰਾਂਗੇ ਨਾਲ ਤੈਨੂੰ। ਕੋਈ ਗੱਲ ਨਹੀਂ ਚੰਨੀ, ਚੱਲੀ ਪਿੱਛੇ ਮੈਂ ਕਦੇ ਗਿਆ ਨਹੀਂ, ਨਾ ਨਾ ਮੇਰਾ ਵੀ ਫਰਜ਼ ਬਣਦਾ ਤੇਰੇ ਮੋਢੇ ਨਾਲ ਮੋਢਾ ਲਾ ਕੇ ਖੜੂਗਾ, ਜਦੋਂ ਵੀ ਲੋੜ ਹੋਈ ਮੈਨੂੰ ਫੋਨ ਕਰੀ ਤੇ ਹਾਜ਼ਰ, ਤੇ ਨਾਲ ਆਪਣੀ ਗੱਡੀ ਖੜੀ ਆ ਉਹ ਤੇਰੇ ਵਾਸਤੇ ਸਦਾ ਲਈ ਹਾਜ਼ਰ ਆ। ਮੋਟਰਸਾਈਕਲ ਦਾ ਨਾ ਜਿਹੜਾ ਸਾਈਡ ਵਾਲਾ ਸਟੈਂਡ ਆ ਉਹ ਤਾਂ ਟੁੱਟ ਗਿਆ,
ਹੁਣ ਵੱਡੇ ਸਟੈਂਡ ਤੇ ਲਾਉਣਾ ਪਹਿਲਾਂ ਦੁੱਧ ਹੁੰਦਾ ਫਲਾ ਬੱਚੀਆਂ ਇਕੱਠੀਆਂ ਹੋ ਜਾਂਦੀਆਂ ਨਾ ਨਾ ਹੁਣ ਮੈਂ ਤੇਰਾ ਮਤਲਬ ਮੈਂ ਸਟੈਂਡ ਬਣ ਜਾਣਾ ਨਾ ਨਾ ਸਟੈਂਡ ਦੀ ਕੀ ਗੱਲ ਆ ਯਾਰ ਉਹ ਤਾਂ ਵੈਸੇ ਗੱਲ ਕਰਦਾ ਵੀ ਔਖਾ ਹੈਗਾ ਉਤਰ ਨਾ ਕਰਨਾ ਹੁਣ ਚਾਹ ਪੀ ਕੇ ਤੂੰ ਜਾ ਤੂੰ ਵੈਲਡਿੰਗ ਕਰਾ ਪਹਿਲਾਂ ਸਾਰਿਆਂ ਨਾਲ ਪਹਿਲਾਂ ਕੰਮ ਮੇਨ ਕੰਮ ਤੇ ਉਹੀ ਹੈ ਤੇਰਾ ਗੱਲ ਤਾਂ ਉਹੀ ਹੈ ਯਾਰ ਹਾਂ ਹੁਣ ਮੋਟਰਸਾਈਕਲ ਤੇ ਤਾਂ ਬੰਦਾ ਸਟੈਂਡ ਵੀ ਲਵਾ ਦੂ ਲੋਕਾਂ ਦੇ ਕਿਵੇਂ ਲਵਾਈਏ ਹੁਣ ਆਪਾਂ ਚੱਲ ਲੋਕਾਂ ਕੀ ਆ ਯਾਰ ਬਸ ਰੱਬ ਆਸ ਰਹੀ ਆ ਹਾਂ ਸਹੀ ਗੱਲ ਆ ਤਾਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੁਸੀਂ ਬਹੁਤ ਪਿਆਰ ਦੇ ਰਹੇ ਹੋ ਦਿਲੋਂ ਧੰਨਵਾਦ ਉਹਦੇ ਵਾਸਤੇ ਤੇ ਜਿਹੜੇ ਵੀਰ ਸਾਨੂੰ ਕਮੈਂਟ ਕਰ ਦਿੰਦੇ ਸੀ ਉਹਨਾਂ ਨਾਮ ਬੁਰੇ ਲੱਗਿਆ ਤੇ ਜਿਹੜੇ ਨੇ ਵੀਰਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ ਜਿਹੜੇ ਵੀਡੀਓ ਤੇ ਲਾਈਕ ਨਹੀਂ ਕੀਤਾ ਉਹ ਵੀ ਲਾਈਕ ਕਰ ਦਿਓ ਤੇ ਨਾਲੇ ਵੀਡੀਓ ਨੂੰ ਸ਼ੇਅਰ ਕਰ ਦਿਓ ਇਦੋਂ ਬਾਅਦ ਅਸੀਂ ਕਮੈਂਟ ਬੋਲਣ ਲੱਗੇ ਆ ਹੁਣ ਤੁਸੀਂ ਪਿਆਰ ਬਹੁਤ ਦੇ ਰਹੇ ਹੋ ਬਹੁਤ ਬਹੁਤ ਧੰਨਵਾਦ ਦਿਲੋਂ ਧੰਨਵਾਦ ਲੈ ਜੀ ਸੰਜੇ ਸਿੰਘ ਹਰਵਿੰਦਰ ਸਿੰਘ ਸਰਬਨ ਦਾਸ ਮਹਿਤਾ ਸੁਮਨ ਬਾਲਾ ਭੋਲਾ ਗਿੱਲ ਮਨਜੀਤ ਕੌਰ ਡਾਕਟਰ ਸੁਖਰਾਜ ਸਿੰਘ ਬਹੁਤ ਬਹੁਤ ਧੰਨਵਾਦ ਜੀ ਮਨਜੀਤ ਕੌਰ ਬਲਵਿੰਦਰ ਸਿੰਘ ਸਿੱਧੂ ਜੀ ਪਰਮਜੀਤ ਸਿੰਘ ਜੀ ਹਰਪ੍ਰੀਤ ਸਿੰਘ ਜੀ ਮਨਜੀਤ ਕੌਰ ਜੀ ਓਮਕਰਨ ਸਿੰਘ ਜੀ ਨਰਿੰਦਰ ਕੌਰ ਜੀ ਮਨਜੀਤ ਕੌਰ ਵਿਰਕ ਜੀ ਸਤਵੰਤ ਦੰਦੀਵਾਲ ਜੀ ਭੋਲਾ ਗਿੱਲ ਜੀ ਅਤੇ ਜਸਪਾਲ ਕੌਰ ਜੀ ਅਤੇ ਕਰਨ ਸਿੱਧੂ ਅਤੇ ਹਰਜੀਤ ਕੌਰ ਢਿੱਲੋਂ ਜੀ ਬਲਵਿੰਦਰ ਸਿੰਘ ਮੁੰਡੇਰ ਜੀ ਅਤੇ ਸੁਰਿੰਦਰ ਸਿੰਘ ਮੋਗਾ ਜੀ ਬਲਵਿੰਦਰ ਸਿੰਘ ਸਿੱਧੂ ਜੀ ਜਸਪਾਲ ਸਿੰਘ ਜੀ ਜਿਨ੍ਹਾਂ ਵੀਰਾਂ ਨੇ ਸਾਨੂੰ ਕਮੈਂਟ ਕੀਤਾ ਇਹਨਾਂ ਦਾ ਦਿਲੋਂ ਧੰਨਵਾਦ ਇਸੇ ਤਰ੍ਹਾਂ ਕਮੈਂਟ ਕਰਦੇ ਰਿਹਾ ਕਰੋ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਸਾਡਾ ਹਰ ਵਾਰ ਵੀਡੀਓ 'ਚ ਨਵੀਂ ਤੋਂ ਨਵੀਂ ਚੀਜ਼ ਲੈ ਕੇ ਆਉਂਦੇ ਹਾਂ ਅਤੇ ਸਾਡੀ ਐਕਟਿੰਗ ਵੀ ਦੱਸਿਆ ਕਰੋ ਅਤੇ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਸਾਡਾ ਦਿਲ ਖੁਸ਼ ਹੋ ਜਾਏ ਰੂਹ ਕਰੇ ਵੀ ਇੱਜ਼ਤ ਵਧੀਆ ਵਧੀਆ ਚੀਜ਼ ਲਿਆਈਏ ਯਾਰ ਹੈ ਤੁਸੀਂ ਆਪਦਾ ਨਾਂ ਪਾ ਦਿਆ ਵੈਰੀ ਨਾਈਸ ਪੂਰੇ ਵਧੀਆ ਘੈਂਟ ਕਮੈਂਟ ਕਰਿਆ ਕਰੋ ਚੰਨੀ ਆਹ ਕੀਤਾ ਵੀਡੀਓ 'ਚ ਆਹ ਕੀਤਾ ਐਵੇਂ ਕੀਤਾ ਅਤੇ ਕਰਿਆ ਕਰੋ ਤੁਹਾਡਾ ਦਿਲੋਂ ਧੰਨਵਾਦ ਸਤਿ ਸ਼੍ਰੀ ਅਕਾਲ